ਪੜਨ ਨਹੀਂ ਸੀਿੰਦੇ ਮੈਂ ਮਾਫ ਕਰਨਾ ਮੈਂ ਉਹਦੇ ਤੇ ਆਉਣਾ ਕਿ ਕੀ ਉਹਦਾ ਕਾਰਨ ਐ ਸੀ ਐਸ ਅ ਫੀਮੇਲ ਕਿਉਂਕਿ ਉਦੋਂ ਕੁੜੀਆਂ ਨੂੰ ਰੈਸਟ੍ਰਿਕਸ਼ਨਸ ਬਹੁਤ ਸੀ ਕਿ ਜਿਸ ਗੱਲ ਤੋਂ ਵਰਜਦੇ ਹੋ ਨਾ ਤੁਸੀਂ ਯੂਥ ਉਸ ਗੱਲ ਵੱਲ ਲੱਗਦਾ ਉਹਨਾਂ ਨੂੰ ਐਸੀ ਵੀ ਜਿਵੇਂ ਪੜਨ ਲੱਗ ਗਈ ਤੇ ਮੈਂ ਨਲਾਇਕ ਹੋ ਜੂਗੀ ਸ਼ਾਇਦ ਮੇਰੇ ਪੇਰੈਂਟਸ ਨੂੰ ਮੈਂ ਨਾਨਕ ਸਿੰਘ ਦਾ ਚਿੱਟਾ ਲਹੁ ਫਿਜ਼ਿਕਸ ਦੀ ਕਿਤਾਬ ਦੇ ਵਿੱਚ ਰੱਖਿਆ ਘਰਦਿਆਂ ਦੀ ਹਾਜ਼ਰੀ ਚੋਂ ਵੀ ਫਿਜ਼ਿਕਸ ਪੜ ਰਹੀ ਹਾਂ ਉਹ ਪੜਿਆ ਊਠਾਂ ਤੇ ਬਹਿ ਕੇ ਜਾਣਾ ਕਿ ਤੂੰ ਸੋਚ ਲੋ ਵੀ ਮੈਂ ਉਂਟ ਦੀ ਸਵਾਰੀ ਵੀ ਕੀਤੀ ਐ। ਇਹ ਕਹਿੰਦਾ ਸ਼ਾਇਰਾ ਜਿਹੜੇ ਵੀ ਲੇਖਕ ਸ਼ਾਇਰ ਅਕਸਰ ਆਇਆ ਕਰਦੇ ਸੀ ਪੰਜਾਬ ਤੋਂ ਦੱਸਿਆ ਕਰਦੇ ਸੀ ਕਿ ਮੋਹਨ ਸਿੰਘ ਛੋਟੀ ਜਿਹੀ ਕੁੜੀ ਇੰਦਰਾ ਨੂੰ ਇਸ਼ਕ ਕਰਦਾ ਹੈ। ਨਾਲੇ ਪੁੱਤਰ ਤਾਂ ਤੇਰਾ ਨਾਂ ਸੀ ਮੋਹਨ ਸਿੰਘ ਦਾ ਰੱਖਿਆ ਹੋਇਆ। ਉਹਨਾਂ ਲੋਕਾਂ 'ਚ ਡੇਰ ਨਹੀਂਗਾ ਕਿ ਉਹ ਕਹਿਣਗੇ ਆ ਕੇ ਉਹ ਇਹ ਕਹਿਣ ਕਿ ਆਈ ਵਾਂਟ ਟੂ ਹੈਵ ਇੰਟਿਮੇਟ ਰਿਲੇਸ਼ਨਸ਼ਿਪ ਵਿਦ ਯੂ। ਉਹਨਾਂ ਦਾ ਆਈ ਲਵ ਯੂ ਆਈ ਲਵ ਯੂ ਦਾ ਮਤਲਬ ਇਹੀ ਹੁੰਦਾ ਹੈ। ਪ੍ਰੈਸ ði ਬੈਲ ਆਈਕਨ ਐਂਡ ਨੈਵਰ ਮਿਸ ਅ ਵੀਡੀਓ ਫਰਮ ਨਿਊਜ਼ ਨੰਬਰ .ਕੋਮ ਪੰਜਾਬੀ ਜ਼ੁਬਾਨ ਨੂੰ ਪਿਆਰ ਕਰਨ ਵਾਲੇ ਸਾਰੇ ਸਰੋਤਿਆਂ ਨੂੰ ਉਪਿੰਦਰ ਰੰਧਾਵਾ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਆਨੂੰ ਸਲਾਮ ਨਮਸਤੇ ਐਂਡ ਅ ਵੈਰੀ ਬਿਗ ਹਲੋ న్యూਸ ਨੰਬਰ ਤੇ ਅਸੀਂ ਹਮੇਸ਼ਾ ਤੁਹਾਡਾ ਤਾਰੂਫ ਕਰਵਾਉਂਦੇ ਹਾਂ ਅਲੱਗ-ਅਲੱਗ ਸ਼ਖਸੀਤਾਂ ਨਾਲ ਉਹ ਜਿਹੜੇ ਕਿ ਐਂਟਰਟੇਨਮੈਂਟ ਦੇ ਵਰਲਡ ਦੇ ਨਾਲ ਜੁੜੇ ਹੋਏ ਨੇ ਜਾਂ ਮੀਡੀਆ ਦੇ ਨਾਲ ਜਾਂ ਲਿਟਰੇਚਰ ਦੇ ਨਾਲ ਜਾਂ ਉਹਨਾਂ ਨੇ ਕਿਸੇ ਵੀ ਫੀਲਡ ਦੇ ਵਿੱਚ ਉਹਨਾਂ ਨੇ ਆਪਣੇ ਝੰਡੇ ਗੱਡੇ ਨੇ ਉਹਨਾਂ ਨੇ ਆਪਣਾ ਨਾਮ ਕਮਾਇਆ ਜਾਂ ਆਪਣੀ ਕਮਿਊਨਿਟੀ ਦਾ ਨਾਮ ਬਹੁਤ ਹੀ ਵਧੀਆ ਬਣਾਇਆ ਮੈਂ ਅਕਸਰ ਵਸੇ ਕਹਿਣਾ ਹੁੰਦਾ ਕਿ ਪੜਨ ਦੀ ਚੇਟਕ ਜ਼ਰੂਰ ਹੋਣੀ ਚਾਹੀਦੀ ਕਿਤਾਬਾਂ ਜਿਹੜੀਆਂ ਨੇ ਕਿਤਾਬਾਂ ਸਾਨੂੰ ਸਿਰਫ ਗਿਆਨ ਹੀ ਨਹੀਂ ਦਿੰਦੀਆਂ ਕਿਤਾਬਾਂ ਦੇ ਨਾਲ ਜਿਹੜੀ ਦੋਸਤੀ ਹੋਵੇ ਉਹ ਹਮੇਸ਼ਾ ਮੈਂ ਕਹਿੰਦਾ ਹੁੰਨਾ ਕਿ ਤੁਹਾਡਾ ਜਿਹੜਾ ਧਿਆਨ ਆ ਉਹ ਲਾਇਲਟੀ ਵੱਲ ਜਾਏਗਾ ਉਹਦੇ ਬਹੁਤ ਸਾਰੇ ਕਾਰਨ ਨੇ ਕਿਉਂਕਿ ਤੁਸੀਂ ਜੋ ਵੀ ਪੜਦੇ ਹੋ ਤੁਸੀਂ ਆਪਣੇ ਆਪ ਤੇ ਹੰਡਾਉਨੇ ਹੋ ਤੁਸੀਂ ਉਹਦੇ ਹੋ ਜਾਣੇ ਹੋ ਮੇਰੇ ਬੜੇ ਪਿਆਰੇ ਮਿੱਤਰ ਨੇ ਬਲਜੀਤ ਸਿੰਘ ਚੁੰਬਰ ਉਹਨਾਂ ਨੇ ਇੱਕ ਮੈਨੂੰ ਕਿਤਾਬ ਇੱਕ ਤੋਹਫੇ ਵਜੋਂ ਦਿੱਤੀ ਤਾਰਿਆਂ ਦਾ ਛੱਜ ਬਹੁਤ ਹੀ ਬਿਹਤਰੀਨ ਕਿਤਾਬ ਬਹੁਤ ਹੀ ਵਧੀਆ ਉਹਦੇ ਵਿੱਚ ਕੈਰੈਕਟਰ ਉਹਦੇ ਵਿੱਚ ਕਿਰਦਾਰ ਔਰ ਵਧੀਆ ਚੀਜ਼ ਇਹ ਸੀ ਕਿ ਜਿਹੜੇ ਕਿਰਦਾਰ ਉਹਦੇ ਵਿੱਚ ਸਨ ਉਹ ਜਿਉਂਦੇ ਜਾਗਦੇ ਕਿਰਦਾਰ ਸਨ ਮੂੰਹੋਂ ਬੋਲਦੇ ਕਿਰਦਾਰ ਸਨ ਤੁਹਾਡੇ ਅਗੇ ਸਾਰੇ ਦਾ ਸਾਰਾ ਵਿਜ਼ਨ ਆ ਜਾਂਦਾ ਤੁਹਾਨੂੰ ਇੱਕ ਐਸੀ ਕਹਾਣੀ ਹੈ ਐ ਕੈਸੀ ਰੋਚਕ ਕਹਾਣੀ ਦਾ ਪਤਾ ਲੱਗਦਾ ਜਿਹੜੀ ਕਿ ਮੈਨੂੰ ਲੱਗਦਾ ਵੀ ਹਰ ਇੱਕ ਪੰਜਾਬੀ ਨੂੰ ਜਾਣਨਾ ਚਾਹੀਦਾ ਹੈ ਇੱਕ ਕਿਤਾਬ ਨੂੰ ਲਿਖਣ ਵਾਲਾ ਕੋਈ ਹੋਰ ਨਹੀਂ ਇੱਕ ਬਹੁਤ ਹੀ ਅਹਿਮ ਵਿਲੱਖਣ ਸ਼ਖਸੀਅਤ ਦੀ ਮਾਲਕ ਜਿਹਨੂੰ ਮੈਂ ਬਾਅਦ ਦੇ ਵਿੱਚ ਉਹ ਜਾ ਕੇ ਮਿਲਿਆ ਔਰ ਵਾਕਈ ਬੜੀ ਖਾਸ ਮੁਕ ਸ਼ਖਸੀਅਤ ਬਹੁਤ ਹੀ ਇੰਟੈਲੀਜੈਂਟ ਡਾਊਨ ਟੂ ਅਰਥ ਇੰਟੈਲੈਕਚੁਅਲ ਔਰ ਜਿਨ੍ਹਾਂ ਨੇ ਕਿ ਆਪਣੀ ਜ਼ਿੰਦਗੀ ਦੇ ਵਿੱਚ ਬਹੁਤ ਕੁਝ ਹੰਡਾ ਆ ਕੇ ਦੇਖਿਆ ਮਨਜੀਤ ਇੰਦਰਾ ਮਨਜੀਤ ਇੰਦਰਾ ਨੇ ਇੱਕ ਕਿਤਾਬ ਲਿਖੀ ਤਾਰਿਆਂ ਦਾ ਚਾਜ ਬਹੁਤ ਸਾਰੀਆਂ ਕਿਤਾਬਾਂ ਲਿਖੀਆਂ ਨੇ ਬਹੁਤ ਸਾਰੀ ਪੋਇਟਰੀ ਲਿਖੀ ਆ ਔਰ ਇਸ ਕਿਤਾਬ ਦੇ ਵਿੱਚ ਉਹਨਾਂ ਨੇ ਬਹੁਤ ਹੀ ਮਹਾਨ ਸ਼ਖਸੀਤਾਂ ਦੇ ਨਾਮ ਲਿਖੇ ਨੇ ਉਹਨਾਂ ਦੀ ਜੀਵਨੀ ਬਾਰੇ ਜ਼ਿਕਰ ਕੀਤਾ ਜਿਨ੍ਹਾਂ ਦੇ ਵਿੱਚੋਂ ਕਿ ਪ੍ਰੋਫੈਸਰ ਮੋਹਨ ਸਿੰਘ ਲੈਜੈਂਡਰੀ ਮੋਹਨ ਸਿੰਘ ਦੀ ਜ਼ਿੰਦਗੀ ਦੇ ਉੱਤੇ ਸਾਰਾ ਕੁਝ ਲਿਖਿਆ ਉਹਨਾਂ ਦੇ ਨਾਲ ਹੀ ਅਮਰਤਾ ਪ੍ਰੀਤਮ ਉਹਨਾਂ ਦਾ ਨਾਮ ਕੌਣ ਨਹੀਂ ਜਾਣਦਾ ਐਮ ਐਸ ਰੰਦਾਵਾ ਹੋਰ ਬਹੁਤ ਸਾਰੇ ਖੁਲਾਸੇ ਵੀ ਇਸ ਕਿਤਾਬ ਦੇ ਵਿੱਚ ਕੀਤੇ ਗਏ ਅੱਜ ਅਸੀਂ ਤੁਹਾਡੀ ਮੁਲਾਕਾਤ ਤੁਹਾਡਾ ਤਾਰੀਫ ਕਰਨ ਜਾਣ ਰਹੇ ਹਾਂ ਮਨਜੀਤ ਇੰਦਰਾ ਦੇ ਨਾਲ ਸਭ ਤੋਂ ਪਹਿਲਾਂ ਜੀ ਆ ਨੂੰ ਕਹਿੰਦੇ ਆ ਜੀ ਸਤਿ ਸ੍ਰੀ ਅਕਾਲ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਸਮਾਂ ਦੇਣ ਦੇ ਵਾਸਤੇ ਤੇ ਮੈਂ ਇੰਟਰਵਿਊ ਦੇ ਵਾਸਤੇ ਸ਼ੁਰੂ ਦੇ ਵਿੱਚ ਮੈਂ ਫਿਰ ਮੈਂ ਇਹਨਾਂ ਨੂੰ ਵੈਸੇ ਮੈਂ ਕਿਹਾ ਸੀ ਮੈਂ ਕਹਿੰਦਾ ਗੱਲ ਮੈਂ ਕਹਿਣੀ ਜ਼ਰੂਰ ਹੈ ਇੱਕ ਕੈਮਰੇ ਦੇ ਉੱਤੇ ਵੀ ਮੈਂ ਕਿਹਾ ਵੀ ਸਾਡੀ ਜਿਹੜੀ ਆ ਬਲੂ ਵਾਲੀ ਜਿਹੜੀ ਮੈਚਿੰਗ ਆ ਇਹ ਬਹੁਤ ਵਧੀਆ ਹੋਈ ਸੋ ਥੈਂਕ ਯੂ ਤੁਹਾਡਾ ਸਭ ਤੋਂ ਪਹਿਲਾਂ ਮੈਂ ਮਨਜੀਤ ਇੰਦਰਾ ਜੀ ਸ਼ੁਰੂ ਕਰੂੰਗਾ ਤੁਹਾਡੀ ਜੀਵਨੀ ਦੇ ਬਾਰੇ ਕਿ ਤੁਹਾਡੀ ਜਿਹੜੀ ਬੈਕਗ੍ਰਾਉਂਡ ਕਿੱਥੇ ਮਨਜੀਤ ਇੰਦਰਾ ਦਾ ਜਨਮ ਹੋਇਆ ਤੇ ਮਨਜੀਤ ਇੰਦਰਾ ਦਾ ਬਚਪਨ ਜਿਹੜਾ ਆ ਉਹ ਕਿਹੋ ਜਿਹਾ ਸੀ ਮੈਂ ਮੇਰਾ ਜਨਮ ਹੋਇਆ ਬਜਵਾੜਾ ਜੀ ਹੁਸ਼ਿਆਰਪੁਰ ਦੇ ਪਿੰਡ ਹੈ ਔਰ ਉਹ ਇੱਕ ਇਤਿਹਾਸਕ ਪਿੰਡ ਹੈ ਔਰ ਬੇਜੂ ਬਾਬਰੇ ਦਾ ਪਿੰਡ ਹੈ ਸ਼ੇਰ ਸ਼ਾ ਸੂਰੀ ਜਿਹਦੀ ਅਸੀਂ ਗ੍ਰੈਂਡ ਟ੍ਰੰਕ ਰੋਡ ਹੈਗੀ ਆ ਸ਼ੇਰ ਸ਼ਾ ਸੂਰੀ ਦੇ ਨਾਨਕੇ ਨੇ ਤੋਂ ਉਸ ਪਿੰਡ ਚ ਮੇਰਾ ਜਨਮ ਹੋਇਆ اپنی ماں ਤੋਂ ਬਾਅਦ ਮੈਂ ਪਹਿਲਾ ਪਹਿਲਾ ਬੱਚਾ ਸੀ ਉਸ ਘਰ ਦੇ ਵਿੱਚ ਤੇ ਲੜਲਾ ਹੋਣਾ ਬਹੁਤ ਅਹਿਮ ਜੀ ਗੱਲ ਬਣਦੀ ਹੈ ਜੀ ਪਿਤਾ ਦੀ ਮੈਂ ਬਹੁਤ ਲੜਲੀ ਸੀ ਮਾਤਾ ਦੀ ਮੇਰੀ ਮਾਂ ਉਸ ਵੇਲੇ ਦੀ میوزਿਕ ਦੀ ਵਿਸ਼ਾਰਦ ਸੀ ਜਿਹਨੂੰ ਅੱਜ ਐਮਏ ਐਮਏ ਦੀ ਬਰਾਬਰ ਗਿਣਿਆ ਗਿਆ ਤੋਂ ਮੇਰੇ ਪਿਤਾ ਐਜੂਕੇਸ਼ਨ ਚ ਸੀਗੇ ਡਿਸਟ੍ਰਿਕਟ ਐਜੂਕੇਸ਼ਨ ਅਫੀਸਰ ਰਟਾਇਰ ਹੋਏ ਔਰ ਮੈਂ ਉਹਨਾਂ ਦੀ ਸਟੂਡੈਂਟ ਐ ਉਹਨਾਂ ਦੀ ਕੋਲੀਗ ਵੀ ਰਹੀ ਬਚਪਨ ਮੇਰਾ ਆਮ ਬੱਚਿਆਂ ਵਾਂਗੂ ਸ਼ਾਇਦ ਆਮ ਬੱਚਿਆਂ ਵਾਂਗੂ ਹੀ ਸੀ ਬਟ ਜਿਹਨੂੰ ਕਹੋ ਵੀ ਮੈਂ ਬਹੁਤ ਲੜਿੱਕੀ ਪੈਂਪਰਡ ਚਾਈਲਡ ਵੀ ਰਹੀ ਆ ਸ਼ਰਾਰਤੀ ਵੀ ਰਹੀ ਆ ਔਰ ਸ਼ੁਰੂ ਤੋਂ ਇੱਕ ਹੋਰ ਜਿਹੜਾ ਮੈਂ ਕ੍ਰੈਡਿਟ ਜਾਂ ਡਿਸਕ੍ਰੈਡਿਟ ਹੈ ਕਿ ਮੈਂ ਕੁੜੀਆਂ ਨਾਲ ਕਦੀ ਵੀ ਨਹੀਂ ਪੜੀ ਠੀਕ ਹੈ ਮੈਂ ਡਿਸਟ੍ਰਿਕਟ ਮਹਿੰਦਰਗੜ੍ਹ ਚ ਮੇਰਾ ਕਨੀਨੇ ਰਵਾੜੀ ਤੋਂ ਅੱਗੇ ਕਨੀਨਾ ਆ ਜਿੱਥੇ ਮੈਂ ਪਹਿਲੀ ਜਮਾਤ ਤੋਂ ਪੰਜਵੀਂ ਜਮਾਤ ਤੱਕ ਪੜੀ ਆ ਨਾਰਨਾਲ ਦਾਦਰੀ ਹਿਸਾਰ ਗੰਗਾ ਨਗਰ ਇਹ ਇਹ ਜਿਹੜਾ 벨ਟ ਹੈ ਇਹ ਸਾਰੀ ਨਾਂਗਲੋਈ ਇਹ ਸਾਰੀ 벨ਟ ਹਰਿਆਣੇ ਦੀ ਨਾ ਮੈਨੂੰ ਪੰਜਾਬੀ ਆਉਂਦੀ ਸੀ ਨਾ ਬੋਲਣੀ ਨਾ ਲਿਖਣੀ ਅੱਛਾ ਜੀ ਔਰ ਫਿਰ ਮੇਰੇ ਪਿਤਾ ਦੀ ਟ੍ਰਾਂਸਫਰ ਹੋ ਗਈ ਗਵਰਨਮੈਂਟ ਹਾਈ ਸਕੂਲ ਪਸੌੜ ਵਿੱਚ ਮਲੇਰਕੋਟ ਲਿਆ ਧੋਰੀ ਦੇ ਵਿਚਕਾਰ ਪਿੰਡ ਹੈ ਜਿੱਥੇ ਟਿਪੀਕਲ ਮਾਲਵੇ ਦਾ ਪਿੰਡ ਹੁਣ ਤੁਸੀਂ ਦੇਖੋ ਇੱਕ ਹਰਿਆਣੇ ਤੋਂ ਮਾਰੇ ਧਾਰੇ ਕਹਿੰਦੀ ਛੋਰੀ ਜਿਹਨੂੰ ਕਹਿੰਦੇ ਸੀ ਹੈਡਮਾਸਟਰ ਕੀ ਛੋਰੀ ਸਭਾਈਏ ਤੇ ਉੱਥੇ ਮੈਂ ਆ ਗਈ ਵੀ ਹੈਡਮਾਸਟਰਾਂ ਦੀ ਕੁੜੀ ਹੈ ਸੋ ਮੇਰੇ ਲਈ ਹੈਡਮਾਸਟਰ ਦੀ ਕੁੜੀ ਹੋਣਾ ਹੈਡਮ ਹੈਡਮਾਸਟਰ ਕੀ ਛੋਰੀ ਹੋਣਾ ਏ ਡਿਸਕ੍ਰੈਡਿਟ ਜਾਂਦਾ ਰਿਹਾ ਮੈਨੂੰ ਕਿਉਂਕਿ ਬੱਚੇ ਮੇਰੀ ਕਲਾਸ ਫੈਲੋ ਮੇਰੇ ਨਾਲ ਨੇੜਤਾ ਨਹੀਂ ਸੀ ਰੱਖਦੇ ਕਿ ਵੀ ਮੈਂ ਪਤਾ ਨਹੀਂ ਕੀ ਆ ਅੱਜ ਕੱਲ ਤਾਂ ਸ਼ਾਇਦ ਉਹ ਗੱਲ ਹੈ ਨਹੀਂ ਪਰ ਪੁਰਾਣੇ ਸਮੇਂ ਦੇ ਕਿ ਮਾਸਟਰਾਂ ਦੇ ਨਿਆਣੇ ਹੈਡਮਾਸਟਰ ਥੋੜਾ ਜਿਹਾ ਹੈ ਉਹ ਵੀ ਹੈਡਮਾਸਟਰ ਦਿੱਤੀ ਜਿਹੜੀ ਸੀ ਮੈਂ ਲੜਾਈਆਂ ਵੀ ਕੀਤੀਆਂ ਨੇ ਨੈਚੁਰਲ ਮੈਂ ਉਧਰ ਨੂੰ ਹੀ ਆ ਰਿਹਾ ਸੀ ਕਿਉਂਕਿ ਤੁਸੀਂ ਕਿਹਾ ਵੀ ਮੁੰਡਿਆਂ ਵਾਲੀਆਂ ਖੇਡਾਂ ਵੀ ਖੇਡੀਆਂ ਨੇ ਫਿਰ ਲੜਾਈਆਂ ਵੀ ਕੀਤੀਆਂ ਨੇ ਹਾਂ ਝਗੜਾ ਵੀ ਔਰ ਨੱਕ ਤੇ ਮੱਖੀ ਨਹੀਂ ਸੀ ਬਹਿਣ ਦੇਈ ਦੀ ਹਾਂ ਸ਼ਾਇਦ ਹੁਣ ਵੀ ਨਹੀਂ ਬਹਿਣ ਦੇਈ ਦੀ ਮੈਂ ਲੱਗਾ ਸੀ ਕਹਿਣ ਵਧੀਆ ਕਿ ਤੁਸੀਂ ਆਪੇ ਕਹਿ ਦਿੱਤਾ ਜਿਹੜੇ ਮੈਸੇਜ ਵੈਸੇ ਜਿਹੜੇ ਜਾਣਦੇ ਨੇ ਮਨਜੀਤ ਇਗਰਾ ਹੋਰਾਂ ਉਹਨਾਂ ਨੂੰ ਜ਼ਰੂਰ ਇਸ ਚੀਜ਼ ਦਾ ਪਤਾ ਹੋਏਗਾ ਉਸ ਤੋਂ ਬਾਅਦ ਤੁਸੀਂ ਜਿਹੜਾ ਇੱਧਰ ਜਿਹੜਾ ਸਫਰ ਜਿਹੜਾ ਪੋਇਟਿਕ ਤੁਹਾਡਾ ਸਫਰ ਜਿਹੜਾ ਸ਼ੁਰੂ ਹੋਇਆ ਕਿਤੇ ਨਾ ਕਿਤੇ ਕਿਉਂਕਿ ਤੁਹਾਡੇ ਉੱਤੇ ਤੁਸੀਂ ਇੱਕ ਵਾਰੀ ਆਪਾਂ ਪਹਿਲਾਂ ਵੀ ਗੱਲ ਕੀਤੀ ਸੀ ਤੇ ਤੁਸੀਂ ਹਮੇਸ਼ਾ ਕਿਹਾ ਨਹੀਂ ਹੁੰਦੇ ਤੁਹਾਡੇ ਜਿਹੜੇ ਫਾਦਰ ਆ ਉਹਨਾਂ ਦਾ ਵੀ ਉਹਨਾਂ ਨੇ ਤੁਹਾਡੀ ਸਪੋਰਟ ਵੀ ਕਰਦੇ ਸੀ ਕਿਤੇ ਨਾ ਕਿਤੇ ਇਨਫਲੂਐਂਸ ਉਹਨਾਂ ਦਾ ਵੀ ਤੁਹਾਡੇ ਤੇ ਸੀ ਮੇਰੇ ਮਾਪਿਆਂ ਦਾ ਤਾਂ ਮੇਰੇ ਤੇ ਬਹੁਤ ਅਸਰ ਹੈ ਮੈਂ ਹਮੇਸ਼ਾ ਹੀ ਕਹਿੰਨੀ ਆ ਕਿ ਮੈਂ ਇੱਕ ਬਹੁਤ ਪੜੇ ਲਿਖੇ ਪਰਿਵਾਰ ਦੀ ਕੁੜੀ ਆ ਰਾਈਟ ਦਾਦ ਕਾ ਪਰਿਵਾਰ ਸਾਰਾ ਇਰੀਗੇਸ਼ਨ ਡਿਪਾਰਟਮੈਂਟ ਦਾ ਨਾਨਾ ਦਾਦਾ ਮੇਰਾ ਇਰੀਗੇਸ਼ਨ ਦੇ ਵਿੱਚ ਸਰਕਲ ਹਾਈਡਰੋਟਸਮੈਨ ਸੀ ਔਰ ਮੇਰਾ ਫਾਦਰ ਐਜੂਕੇਸ਼ਨ ਸੀ ਨਾਨ ਕਾ ਪਰਿਵਾਰ ਸਾ ਮੇਰੇ ਨਾਨਾ ਜੀ ਐਸ ਡੀਓ ਸੀਗੇ ਓਕੇ ਰਿਟਾਇਰਡ ਸੀਗੇ ਇੱਕ ਮਾਮਾ ਮੇਰਾ ਰੇਲਵੇ ਰੇਲਵੇ ਦੇ ਵਿੱਚ ਸੀ ਮੇਰਠ ਤੋਂ ਉਹ ਫਿਰ ਹਰਿਆਣਾ ਚਲੇ ਗਏ ਮਿਰਠ ਤੋਂ ਰਟਾਇਰ ਹੋਏ ਇਹ ਦੁਨੀਆ 'ਚ ਨਹੀਂ ਰਹੇ ਉਹ ਮੇਰੇ ਪਿਤਾ ਵੀ ਇਸ ਦੁਨੀਆ 'ਚ ਨਹੀਂ ਹੈਗੇ ਮਾਂ ਵੀ ਮੇਰੀ ਇਸ ਦੁਨੀਆ 'ਚ ਨਹੀਂ ਹੈ ਮੇਰੀ ਮਾਂ ਉਸ ਵੇਲੇ ਇਸ ਦੁਨੀਆ ਤੋਂ ਖੋਈ ਗਈ ਉਹ 3 ਮਈ ਜਿਸ ਮਈ ਨੂੰ ਮੇਰਾ ਗੁਰੂ ਪ੍ਰੈਸਰ ਮੋਹਨ ਸਿੰਘ 3 ਮਈ 79 ਤੇ ਮੇਰੀ ਮਾਂ 3 ਮਈ 85 ਨੂੰ ਇਸ ਦੁਨੀਆ ਨੂੰ ਛੱਡ ਕੇ ਚਲੇ ਗਏ ਮੈਂ ਤਾਰਿਆਂ ਦੇ ਸੱਚ ਵੀ ਲਿਖਿਆ ਵੀ 3 ਮਈ ਮੇਰੇ ਲਈ ਕੋ ਲੈਣੀ ਹੈ ਵੀ ਮੇਰਾ ਜੇ ਵਸ ਚੱਲੇ ਜਿਵੇਂ ਫ੍ਰਾਂਸੀਸੀਆਂ ਨੇ 13 ਸ਼ਬਦ ਜੀ ਸ਼ਾਮਲ ਨਹੀਂ ਕੀਤਾ ਹੋਇਆ ਮੇਰਾ ਵਾਸ ਚੱਲੇ ਤੇ ਮੈਂ ਤਿੰਨ ਨੂੰ ਹਮੇਸ਼ਾ ਮੈਸ਼ ਡਿਸਕਾਰਡ ਕਰਦੇ ਆ ਸੋ ਮੇਰੇ ਪਿਤਾ ਨੇ ਇਹ ਹੈ ਕਿ ਵੀ ਮੈਂ ਆ ਪ੍ਰੇਰ ਦੇ ਵਿੱਚ ਡੇਲੀ ਇੱਕ ਨਵਾਂ ਸੇ ਮੇਰੇ ਵੇਲੇ ਤੁਹਾਨੂੰ ਪਤਾ ਵੀ ਜੇ ਤੁਸੀਂ ਤਾਂ ਪੈਦਾ ਨਹੀਂ ਸੀ ਹੋਏ ਉਦੋਂ ਜਦੋਂ ਸਾਨੂੰ ਬਾਹੜ ਦੀ ਲੜਾਈ ਲੱਗੀ ਤੇ ਸਾਨੂੰ 1968s ਵਿੱਚ ਸਤਵੀਂ ਜਮਾਤ ਪੜ੍ਹਦੀ ਸੀ ਉਹ ਸਤਵੀਂ ਜਮਾਤ ਵਿੱਚ ਮੇਰੀ ਲਿਖੀ ਹੋਈ ਇੱਕ ਕਵਿਤਾ ਦਿੱਲੀ ਸਕੂਲ এডੂਕੇਸ਼ਨ ਬੋਰਡ ਦੇ ਸਿਲੇਬਸ ਵਿੱਚ ਵੀ ਲੱਗੀ ਹੋਈ ਹੈ ਮੇਰੇ ਵਤਨਾਂ ਦੇ ਰਖਵਾਲੇ ਮੇਰੇ ਵਤਨਾਂ ਦੇ ਵਾਸੀ ਹੋਏ ਤੇਰੀ ਮਾਂ ਮਾਤਾ ਉਹ ਉਦੋਂ ਦੀ ਲਿਖੀ ਹੋਈ ਉਹ ਅੱਜ ਵੀ ਸਿਲੇਬਸ ਲੱਗੀ ਜਾਂਦੀ ਹੈ ਠੀਕ ਹੈ ਔਰ ਪੇਪਰ ਰੀਡਿੰਗ ਕੰਟੈਸਟ ਹੈ ਪੇਪਰ ਰੀਡਿੰਗ ਕੰਟੈਸਟ ਪਹਿਲੀ ਵਾਰ ਮੈਂ 10ਵੀਂ ਜਮਾਤ ਪੜ੍ਹਦੀ ਗਈ ਸੀ ਦੁਨੀਆ ਦਾ ਮਹਾਨ ਵਿਗਿਆਨਕ ਗਲੀਲੀਓ ਉਹ ਵੀ ਉਸ ਕਿਤਾਬ 'ਚ ਸ਼ਾਮਲ ਹੈ ਮੈਨੂੰ ਸੋ ਜਿਹੜੀ ਪਹਿਲੀ ਕਵਿਤਾ ਲਿਖੀ ਸੀ ਤੁਸੀਂ ਜਿਹੜੀ 7ਵੀਂ ਜਮਾਤ ਦੇ ਵਿੱਚ ਕੋਈ ਖਾਸ ਕਾਰਨ ਸੀ ਕਿਉਂਕਿ ਪਹਿਲੀ ਕਵਿਤਾ ਸ਼ਾਇਦ ਮੈਂ ਇਹਦਾ ਨਹੀਂ ਪਹਿਲੀ ਕਵਿਤਾ ਤਾਂ ਮੈਂ ਮੇਰਾ ਖਿਆਲ ਹੈ ਚੌਥੀ ਪੰਜਵੀਂ 'ਚ ਪ ਮੇਰੇ ਪਿਤਾ ਨੂੰ ਕੋ ਮਿਲਣ ਵਾਸਤੇ ਆਇਆ ਤਾਂ ਉਹਨਾਂ ਨੇ ਕਿਹਾ ਅਕਲ ਸੀ ਆਪਾਂ ਗੱਲਾਂ ਕਰੀਏ ਤੋ ਦਿਮਾਗ ਚ ਘੁੰਮ ਰਿਹਾ ਵੀ ਗੱਲਾਂ ਕਰੀਏ ਕੀ ਗੱਲਾਂ ਕਰੀਏ ਹੁਣ ਤੁਸੀਂ ਸੋਚ ਲਓ ਪੰਜਵੀਂ ਜਮਾਤ ਦਾ ਵਿਦਿਆਰਥੀ ਕੀ ਹੁੰਦਾ ਹੈ ਤੇ ਫਿਰ ਮੈਂ ਇੱਕ ਦੋ ਤਿੰਨ ਲਾਈਨਾਂ ਲਿਖੀਆਂ ਆ ਵੀਰਾ ਕੁਝ ਕਰੀਏ ਗੱਲਾਂ ਹੋਰ ਤਾਂ ਕੋਈ ਦੇਸ਼ੋਸਾਰੀ ਬਾਰੇ ਉਸ ਭਾਰਤੀ ਸ਼ਾਨ ਦੀ ਗੱਲ ਜਿਹਨ ਦੁਸ਼ਮਣ ਤੱਕ ਤੱਕ ਹਾਰੇ ਪੰਜਵੀਂ ਜਮਾਤ ਪੜਦਾ ਬੱਚਾ ਇਹ ਸੋਚ ਰਿਹਾ ਹੈ ਇਹ ਇਹ ਮੇਰੀਆਂ ਕੁਝ 17 ਜਿਹੜੀਆਂ ਸੀ ਜਿਹੜੀਆਂ ਕੰਪਲੀਟ ਮੇਰੀਆਂ ਹੋਈਆਂ ਜਾ ਕੇ 7ਵੀਂ 8ਵੀਂ 9 ਇੰਚ ਕੀ ਕਾਰਨ ਘਰ ਦੇ ਵਿੱਚ ਵੀ ਲਿਟਰੇਚਰ ਕਾਫੀ ਸੀਗਾ ਬਹੁਤ ਬਹੁਤ ਲਿਟਰੇਚਰ ਸੀ ਉਹਨਾਂ ਦਿਨਾਂ 'ਚ ਮੇਰੇ ਪਿਤਾ ਜਦੋਂ ਅਸੀਂ ਡਿਸਟ੍ਰਿਕਟ ਮਿੰਦਰਗੜ੍ਹ 'ਚ ਰਹਿੰਦੇ ਸੀ ਕਨੀਨੇ ਮੇਰੇ ਪਿਤਾ ਐਮਏ ਪੰਜਾਬੀ ਕਰਨ ਲੱਗੇ ਹੋਏ ਸੀ ਕਿਉਂਕਿ ਉਹ ਮੈਥਮੈਟਿਸ਼ੀਅਨ ਸੀਗੇ ਅੱਛਾ ਜੀ ਤੇ ਲਿਟਰੇਚਰ ਦਾ ਸ਼ੌਕ ਸੀ ਮੇਰੇ ਘਰ ਦੇ ਵਿੱਚ ਕਵਤਾ ਸਾਲਾ ਆਉਂਦਾ ਹੁੰਦਾ ਸੀ ਬਲਗਨ ਜੀ ਦਾ ਔਰ ਜਨ ਸਾਹਿਤ ਪੰਜਾਬੀ ਦੁਨੀਆ ਡਾਈਜੈਸਟ ਤੋ ਨਾਨਕ ਸਿੰਘ ਅਮਰਤਾ ਪ੍ਰੀਤਮ ਪ੍ਰਸਰ ਮੋਨ ਸਿੰਘ ਆਰ ਨਾਨਕ ਸਿੰਘ ਗੁਰਬਖਸ਼ ਸਿੰਘ ਪ੍ਰੀਤਲੜੀ ਜਸਵੰਤ ਡਾਕਟਰ ਜਸਵੰਤ ਗਿੱਲ ਇਹ ਇਹ ਜਿਹੜੀਆਂ ਕਿਤਾਬਾਂ ਨਰਿੰਦਰ ਨਰਿੰਦਰਪਾਲ ਸਿੰਘ ਨਰਿੰਦਰਪਾਲ ਸਿੰਘ ਹਾਂ ਮੈਂ ਹੁਣ ਇੱਥੇ ਦੱਸਾਂ ਵੀ ਮੈਂ ਪੜਨ ਪੜਨ ਨਹੀਂ ਸੀ ਦੰਦੇ ਕਰਦੇ ਕਿਤਾਬਾਂ ਪੜੀਆਂ ਸੀਗੀਆਂ ਰਸਾਲੇ ਬੜੇ ਸੀਗੇ ਤੋਨਾਰ ਸਾਲਿਆਂ ਨੂੰ ਦੇਖ ਕੇ ਲੱਗਦਾ ਸੀ ਵੀ ਇਹ ਇਹ ਕਿਵੇਂ ਹਰ ਵਾਰ ਨਵਾਂ ਕੀ ਹੁੰਦਾ ਹੈ ਇੱਕੋ ਕਿਉਂ ਨਹੀਂਗਾ ਪੜ ਨਹੀਂ ਸੀਂਦੇ ਮੈਂ ਮਾਫ ਕਰਨਾ ਮੈਂ ਉਹਦੇ ਤੇ ਆਉਣਾ ਕਿ ਕੀ ਉਹਦਾ ਕਾਰਨ ਇਹ ਸੀ ਐਜ਼ ਅ ਫੀਮੇਲ ਕਿਉਂਕਿ ਉਦੋਂ ਕੁੜੀਆਂ ਨੂੰ ਰੈਸਟ੍ਰਿਕਸ਼ਨਸ ਬਹੁਤ ਸੀ ਉਹਨਾਂ ਨੂੰ ਐਸੀ ਵੀ ਜਿਵੇਂ ਪੜਨ ਲੱਗ ਗਈ ਤਾਂ ਮੈਂ ਨਲਾਇਕ ਹੋ ਜੂੰਗੀ ਸ਼ਾਇਦ ਮੇਰੇ ਪੇਰੈਂਟਸ ਨੂੰ ਤਾਂ ਕਿ ਪੜਾਈ ਤੋਂ ਆਪਣਾ ਇੱਕ ਕਿਵੇਂ ਪੜਾਈ ਤੋਂ ਡਾਇਵਰਟ ਹੋ ਜੂੰ ਪਰ ਇੱਕ ਗੱਲ ਮੈਂ ਤੁਹਾਨੂੰ ਦੱਸ ਦਿਆਂ ਮੈਂ ਸਰੋਤਿਆਂ ਨੂੰ ਵੀ ਦੱਸ ਰਹੀ ਹਾਂ ਕਿ ਜਿਸ ਗੱਲ ਤੋਂ ਵਰਜਦੇ ਹੋ ਨਾ ਤੁਸੀਂ ਯੂਥ ਉਸ ਗੱਲ ਵੱਲ ਲੱਗਦਾ ਮੈਨੂੰ ਇੰਨੀ ਬੁਰੀ ਤਰ੍ਹਾਂ ਨਾਲ ਮੇਰੀ ਮਾਂ ਬਹੁਤ ਸਖਤ ਸੀ ਓਕੇ ਮੈਂ ਆਪਣੇ ਪਿਤਾ ਦੀ ਦੋਸਤ ਰਹੀ ਹਾਂ ਮੇਰਾ ਪਿਤਾ ਸਭ ਤੋਂ ਵਧੀਆ ਦੋਸਤ ਸੀ ਮੇਰਾ ਜੇ ਜੇ ਮੈਂ ਕਹਾ ਕਿ ਜਿਹਨੂੰ ਮੈਂ ਇਹ ਕਹਿ ਸਕਦੀ ਸੀਗੀ ਕਿ ਮੈਂ ਕਿਸੇ ਨੂੰ ਇਸ਼ਕ ਕਰਦੀ ਹਾਂ ਮਾਂ ਨੂੰ ਨਹੀਂ ਸੀ ਕਹਿ ਸਕਦੀ ਉਹਨੇ ਡਿਫਰੈਂਸ ਦੇਖ ਸਕਦੇ ਹੋ ਪਰ ਆਪਣੇ ਪਿਤਾ ਨੂੰ ਬਹੁਤ ਪਿਆਰ ਕਰਦੇ ਸੀ ਪਿਤਾ ਇਹ ਨਹੀਂ ਕਿ ਮੇਰੀ ਮਾਂ ਮੈਨੂੰ ਪਿਆਰ ਨਹੀਂ ਸੀ ਕਰਦੀ ਪਰ ਮੇਰੀ ਮਾਂ ਦੀ ਤੱਕਣੀ ਇੰਨੀ ਸਖਤ ਸੀ ਮਤਲਬ ਬੰਦਾ ਉੱਥੇ ਕੰਬ ਕੇ ਬਹਿ ਜਾਂਦਾ ਸੀ ਵੀ ਇਹ ਪਤਾ ਨਹੀਂ ਹੁਣ ਕੀ ਹੋ ਜੂਗਾ ਅੱਗੇ ਪਿਤਾ ਨੇ ਮਾ ਇਹ ਦੁੱਪ ਪਰਛਾਈ ਦੋਨਾਂ ਦੀ ਹੋਈਆਂ ਮੈਂ ਕਿ ਇੱਕ ਗੀਤ ਆਉਂਦਾ ਹੁੰਦਾ ਸੀਗਾ ਦੇਸ਼ ਪਿਆਰ ਦਾ ਰੇਡੀਓ ਜਲੰਧਰ ਤੋਂ ਟੀਵੀ ਤਾਂ ਹੁੰਦਾ ਨਹੀਂ ਸੀ ਉਹਨਾਂ ਦੇ ਨਾਲ ਉਹ ਇੱਕ ਗੀਤ ਲਿਖਾਉਂਦੇ ਹੁੰਦੇ ਸੀ ਦੇਸ਼ ਪਿਆਰ ਦਾ ਕਿਉਂਕਿ ਜੰਗਾਂ ਯੁੱਧਾਂ ਵਾਲਾ ਵੇਲਾ ਸੀ ਸਭਾ ਹਟ ਵਿੱਚ ਸਾਰਟ ਬਾੜ ਦੇ ਵਿੱਚ ਹਾਂ ਸਾਰਾ 75 'ਚ ਤੇ ਇਹ 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 ਸਾਰਾ ਮੇਰੇ ਵੇਲੇ ਦਾ ਜਿਹੜਾ ਜਿਹਨੂੰ ਕਹੋ ਕਿ ਵੀ ਮੈਂ ਤੈਨੂੰ ਪਿਆਰ ਕਰਦੀ ਹਾਂ ਵਾਲਾ ਵੇਲਾ ਨਹੀਂ ਸੀ ਮਤਲਬ ਉਦੋਂ ਜਿਹੜਾ ਪਿਆਰ ਸੀ ਰੋਮਾਂਸ ਸੀ ਇੱਕ ਦੇਸ਼ ਭਗਤੀ ਨੂੰ ਆਪਾਂ ਕਹਿ ਸਕਦੇ ਠੀਕ ਹੈ ਉਹ 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 ਮੇਰਾ ਹੀ ਨਹੀਂ ਸੀ ਉਹ ਮੇਰਾ ਖਿਆਲ ਤਕਰੀਬਨ ਹਰ ਇੱਕ ਦਾ ਹੀ ਸੀਗਾ ਰਾਈਟ ਉਹ ਹਰ ਇੱਕ ਉਹ ਇੱਕ ਐਸ ਕਿਸਮ ਦਾ ਮੇਰਾ ਇੱਕ ਆਰਟੀਕਲ ਸੀਗਾ ਇਹ ਮੇਰੇ ਪਿਆਰੇ ਵਤਨ ਜਦੋਂ ਮੈਂ 8ਵੀਂ ਚ ਪੜ੍ਹਦੀ ਸੀ ਤੇ ਅੰਮ੍ਰਿਤਸਰ ਤੋਂ ਧਨਵੰਤ ਸਿੰਘ ਸੀਤਲ ਕੱਢਦੇ ਹੁੰਦੇ ਸੀ ਇੱਕ ਪਰਚਾ ਬੀਬਾ ਰਾਣਾ ਤੇ ਭਾਰਤੀ ਨਾਰੀ ओके ਉਹ ਵੀ ਬਾਰਾਣਾ ਵਿੱਚ ਪਹਿਲੀ ਵਾਰ ਮੇਰਾ ਪਬਲਿਕ ਹੋਇਆ ਸੀ ਉਹ ਇਹ ਲਗਭਗ ਕਿਹੜੇ ਸਾਲ ਦੀ ਗੱਲ ਹੈ ਇਹ 1962 ਦੀ ਗੱਲ ਹੈ ਓਕੇ ਤੇ ਟ੍ਰੇਡ ਦੀ ਵਾਰ ਟ੍ਰੇਡ ਦੀ ਠੀਕ ਹੈ ਜੀ ਆਈ ਵਾਸ ਇਨ 8th ਕਲਾਸ ਉਹਦੀ ਲਾਈਨਾਂ ਯਾਦ ਨਹੀਂ ਕੁਝ ਸੱਤਰਾਉਂਦੀ ਆ ਉਹ ਤਾਂ ਆਰਟੀਕਲ ਸੀਗਾ ਓਕੇ ਉਹ ਆਰਟੀਕਲ ਸੀ ਜਿਹੜਾ ਕਵਤਾ ਹੈਗੀ ਜਿਹੜੀ ਇਸ ਵੇਲੇ ਵੀ ਉਹ ਸੱਤਵੀਂ ਜਮਾਤ ਪੜ੍ਹਦੇ ਆ ਲਿਖੀ ਮੈਂ ਕਿ ਮੇਰੇ ਵਤਨਾ ਦੇ ਰਖਵਾਲੇ ਮੇਰੇ ਵਤਨਾ ਦੇ ਵਾਸੀ ਓ ਤੇਰੀ ਮਹਿਮਾ ਤੇਰੀ ਮਹਿਮਾ ਤੇਰੀ ਮਹਿਮਾ ਮੈਂ ਗਾਵਾ ਆਜ਼ਾਦੀ ਦੇਸ਼ ਦੀ ਅੜਿਆ ਬੜੀ ਚੰਚਲ ਜੀ ਨੱਡੀ ਏ ਆਜ਼ਾਦੀ ਦੇਸ਼ ਦੀ ਅੜਿਆ ਬੜੀ ਭੋਲੀ ਬੜੀ ਚੰਚਲ ਆਜ਼ਾਦੀ ਅਣਖਾਂ ਲੱਦੀ ਏ ਕੁਛ ਇਸ ਤਰ੍ਹਾਂ ਦਾ ਸੀ ਸੋ ਜਦੋਂ ਕਵਿਤਾ ਲਿਖਣੀ ਸ਼ੁਰੂ ਕੀਤੀ ਆ ਕਵਿਤਾਵਾਲ ਗਏ ਹੋ ਤੁਸੀਂ ਆਬੀਸੀ ਲਿਟਰੇਚਰ ਕਾਫੀ ਪੜਿਆ ਆ ਘਰ ਦੇ ਵਿੱਚ ਵੀ ਸਾਰੀਆਂ ਚੀਜ਼ਾਂ ਸਿਗੀਆਂ ਹਾਂ ਮੈਂ ਤੁਹਾਡੀ ਗੱਲ ਫੇਰ ਟੋਕਦੇ ਆ ਜੀ ਕਿ ਮੈਂ ਫਿਜ਼ਿਕਸ ਦੀ ਕਿਤਾਬ ਦੇ ਵਿੱਚ ਸੋਚਿਆ ਵੀ ਮੈਂ ਪੜਨਾ ਹੈ ਤੁਹਾਨੂੰ ਮੈਂ ਕਹਾਂ ਨਾ ਜਦੋਂ ਘਰ ਦੇ ਨੇ ਰੋਕੇ ਹਾਂ ਵੀ ਨਹੀਂ ਕਰਨੀ ਕਿਉਂ ਕੀ ਕੀ ਗੱਲ ਹੈ ਵੀ ਨਾਨਕ ਸਿੰਘ ਮੈਂ ਨਹੀਂ ਪੜ ਸਕਦੀ ਮਾਂ ਤਾਂ ਮੇਰੀ ਰੋਜ਼ ਪੜਦੀ ਆ ਰੋਜ਼ ਡਿਸਕਸ ਕਰਦੇ ਨੇ ਮੈਂ ਨਾਨਕ ਸਿੰਘ ਦਾ ਚਿੱਟਾ ਲਹੂ ਫਿਜ਼ਿਕਸ ਦੀ ਕਿਤਾਬ ਦੇ ਵਿੱਚ ਰੱਖਿਆ ਘਰਦਿਆਂ ਦੀ ਹਾਜ਼ਰੀ ਚ ਉਹ ਵੀ ਫਿਜ਼ਿਕਸ ਪੜ ਰਹੀ ਆ ਉਹ ਪੜਿਆ ਤੇ ਫਿਰ ਮੇਰਾ ਕਹ ਲੈ ਇਸ ਤਰ੍ਹਾਂ ਮੈਂ ਉਹ 10ਵੀਂ ਜਮਾਤ ਤੱਕ ਪੜਨੇ ਆ ਸਾਰਾ ਨਾਨਕ ਸਿੰਘ ਪੜ ਲਿਆ ਸੀ फिजिक्स दी किताब ਦੇ ਵਿੱਚ ਰੱਖ ਰੱਖ ਕੇ फिजिक्स ਦੀ ਕਿਤਾਬ 'ਚ ਰੱਖ ਕੇ ਹਾਂ ਇੱਕ ਔਰਤ ਹੋਣ ਦਾ ਅਹਿਸਾਸ ਮੈਨੂੰ ਕਦੋਂ ਹੋਇਆ ਜਦੋਂ ਮੈਂ ਜਸਵੰਤ ਗਿੱਲ ਦੀ ਕਿਤਾਬ ਪੜ ਰਹੀ ਹਾਂ ਡਾਕਟਰ ਜਸਵੰਤ ਕੁੜੀਆਂ ਬਹੁਆ ਬੇਟੀਆਂ ਲਈ ਤੇ ਮੈਂ ਆਪਣੀ ਮਾਂ ਨੂੰ ਸਵਾਲ ਕਰਦੀ ਆ ਵੀ ਇਹਦੇ 'ਚ ਆ ਮੈਂ ਉਹ 'ਚ ਪੜਿਆ ਸੀ ਇਹ ਚਾਹ ਲਿਖਿਆ ਵੀ ਇਹ ਮੈਨੂੰ ਮੇਰੇ ਨਾਲ ਵੀ ਇਦਾਂ ਹੀ ਹੈ ਇਦਾਂ ਹੀ ਹੋਊਗਾ ਮੇਰੇ ਨਾਲ ਵੀ ਮੇਰੀ ਮਾਂ ਕਹਿੰਦੀ ਨਹੀਂ 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 ਤੇ ਇਹ ਕੁੜੀਆਂ ਨਹੀਂ ਪੜਦੀ ਹੁੰਦੀਆਂ ਨਹੀਂ ਨਹੀਂ ਬਥੀਕੋ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਸੋ ਆਏ ਆ ਮੈਂ ਸਮਝਨੀ ਆ ਕਿ ਕੁੜੀ ਨੂੰ ਉਹ ਜਿਹੜੀ ਕੁੜੀ ਆ ਉਹਨੇ ਵੱਡੀ ਹੋਣਾ ਹੈ ਜਵਾਨ ਹੋਣਾ ਉਹਦੇ ਨਾਲ ਕੀ ਵਾਪਰਨਾ ਹੈ ਕਿਸ ਤਰ੍ਹਾਂ ਕੀ ਹੋਣਾ ਹੈ ਇਹ ਇੱਕ ਮਾਂ ਨੂੰ ਅੱਜਕੱਲ ਤਾਂ ਦੱਸ ਦਿੰਦੇ ਆ ਮੈਨੂੰ ਉਦੋਂ ਕਿਤੇ ਨਾ ਕਿਤੇ ਇਹ ਐਜੂਕੇਸ਼ਨ ਇਹੋ ਜੀ ਨਹੀਂ ਹੈਗੀ ਸੀ ਸਾਡੇ ਸਮਾਜ ਵਿੱਚ ਸ਼ਾਇਦ ਅਜੇ ਵੀ ਜਿਵੇਂ ਅਸੀਂ ਦੇਖੀਏ ਅਜੇ ਵੀ ਕਿਤੇ ਨਾ ਕਿਤੇ ਜਿਹੜੀਆਂ ਮਾਵਾਂ ਨੇ ਧੀਆਂ ਦੇ ਨਾਲ ਇਹ ਚੀਜ਼ਾਂ ਓਪਨਲੀ ਡਿਸਕਸ ਕਰਨ ਤੋਂ ਜਾਂ ਸਾਡਾ ਜਿਹੜਾ ਸਮਾਜ ਆ ਮਤਲਬ ਜਿਨ੍ਹਾਂ ਕੇ ਜੀ ਆਪਾਂ ਸੋਸ਼ਲ ਸੈਟਅਪ ਜਿਹੜਾ ਹੈ ਸਾਡਾ ਬਿਲਕੁਲ ਕਿਤਨਾ ਕਿਤੇ ਅਸੀਂ ਵੈਸਟਰਨ ਜਿਹੜਾ ਅਸੀਂ ਬਣਨ ਦੀ ਕੋਸ਼ਿਸ਼ ਕਰਦੇ ਆਂ ਪਰ ਅਸੀਂ ਉਹਨਾਂ ਦੀ ਚੀਜ਼ਾਂ ਇਹ ਵਧੀਆ ਅਡਾਪਟ ਨਹੀਂ ਕੀਤੀਆਂ ਬਿਲਕੁਲ ਨਹੀਂ ਕੀਤੀਆਂ ਅਸੀਂ ਆਪਣੀ ਕੁੜੀ ਨੂੰ ਜੇ ਕੁੜੀ ਕਹੇ ਹੁਣ ਮੈਂ ਇੱਕ ਤੁਹਾਨੂੰ ਇੱਕ 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 ਹਾਦਸਾ ਇੱਕ ਇਨਸੀਡੈਂਟ ਦੱਸਦੀ ਆ ਆਪਣੀ ਜ਼ਿੰਦਗੀ ਦੇ ਬਹੁਤ ਕਰੀਬ 10ਵੀਂ ਜਵਾਦ ਇਮਤਿਹਾਨ ਦੇ ਕੇ ਅਸੀਂ ਪਸੌੜ ਤੋਂ ਲੁਧਿਆਣੇ ਆ ਗਏ ਅਸੀਂ ਬੇਸਿਕਲੀ ਸਾਡਾ ਜੱਦੀ ਪਿੰਡ ਕਿਸੇ ਨੇ ਦੇਖਿਆ ਨਹੀਂ ਮੈਨੂੰ ਕੋ ਪੁੱਛੇ ਕਿਥੋਂ ਦੀ ਰਹਿਣ ਵਾਲੀਆਂ ਤੇ ਮੈਂ ਕਹੂੰਗੀ ਸਾਰੇ ਜਾਂ ਕਿ ਹਮ ਐ ਸਾਰਾ ਜਹਾ ہمارا ਵਾਹ ਕਿਉਂਕਿ ਮੇਰਾ ਮੈਨੂੰ ਹੁਣ ਲੱਗਦਾ ਕਿ ਮੈਂ ਇੱਥੋਂ ਦੀ ਹੁਈ ਆ ਕਿਉਂਕਿ ਮੈਂ 1984 ਤੋਂ ਲੈ ਕੇ ਚੰਡੀਗੜ੍ਹ ਮੋਹਾਲੀ ਚ ਹੀ ਰਹੀ ਆ ਤੇ ਮੈਂ ਇੱਥੋਂ ਦੀ ਆ ਨਾਨਕੇ ਪਿੰਡ ਚ ਸੀ ਜੰਮੇ ਸੀ ਛੁੱਟੀਆਂ ਹੁੰਦੀਆਂ ਸੀ ਫਾਦਰ ਮਾਮਾ ਲੈ ਜਾਂਦਾ ਸੀ ਤੇ ਲਾਸਟ ਦੇ 15 ਦਿਨਾਂ ਬਾਅਦ ਫਾਦਰ ਲੈ ਆਉਂਦੇ ਸੀ ਉਹ ਪੁਰਾਣਾ ਪੰਜਾਬ ਜਿਹਦੇ ਵਿੱਚ ਹਰਿਆਣਾ ਵੀ ਸੀ ਜਿਹਦੇ ਵਿੱਚ ਹਿਮਾਚਲ ਵੀ ਸੀਗਾ ਉਸ ਸ਼ਿਮਲਾ ਰਾਜਤਾਂ ਨਹੀਂ ਹੁੰਦੀ ਸੀ ਜੰਧਗੜ ਨਹੀਂ ਸੀ ਹੁੰਦੀ ਉਹ ਪੰਜਾਬ ਜਿਹੜਾ ਆ ਉਹ ਸਾਰਾ ਜਿੱਥੇ ਜਿਹੜਾ ਜਿਹੜਾ ਸਕੂਲ ਮਿਡਲ ਤੋਂ ਹਾਈ ਅਪ ਹੁੰਦਾ ਸੀ ਅਪਗ੍ਰੇਡ ਹੁੰਦਾ ਸੀ ਤੇ ਉਹ ਕਹਿੰਦੇ ਸੀ ਵੀ ਸਕੂਲ ਨੂੰ ਚਲਾਉਣਾ ਤੇ ਕਲਸੀ ਨੂੰ ਭੇਜ ਦਿਓ ਏ ਕ੍ਰੈਡਿਟ ਗੋਸ ਟੂ ਮਾਈ ਫਾਦਰ ਕਿ ਸਕੂਲ ਚੱਲਣਾ ਹੈ ਵੱਡੀ ਗੱਲ ਹੈ ਸੋ ਇਸੇ ਤਰ੍ਹਾਂ ਉਹ ਜ਼ਿਲ੍ਹਾ ਬਿੰਦਰਗੜ ਦੇ ਵਿੱਚ ਗਈਆਂ ਮੈਂ ਜਦੋਂ ਨਾਰਨਾਲ ਚ ਗਏ ਆ ਉਂਠਾਂ ਤੇ ਬਹਿ ਕੇ ਜਾਣਾ ਤੇ ਤੁਸੀਂ ਸੋਚ ਲਓ ਵੀ ਮੈਂ ਉਂਠ ਦੀ ਸਵਾਰੀ ਵੀ ਕੀਤੀ ਆ ਸੋ ਤੁਹਾਨੂੰ ਘੁੰਮਣ ਦਾ ਕਾਫੀ ਕਹੋ ਵੀ ਮੌਕਾ ਵੀ ਮਿਲਿਆ ਉਹ ਜਿਹੜਾ ਸ਼ੁਦਾ ਸੀਗਾ ਉਹ ਸ਼ੁਦਾ ਸੀ ਉਹ ਸਰਕਾਰ ਨੇ ਮੇਰੇ ਫਾਦਰ ਨੂੰ ਦਿੱਤਾ ਤੇ ਉਹ ਕਿਤੇ ਇੱਥੇ ਇੰਨਾ ਕਾਇਆ ਤੇ ਵੀ ਮੈਂ ਘੁਮक्कੜ ਬਹੁਤ ਆ ਮਤਲਬ ਕੁਝ ਫੋਨ ਲੱਗ ਜਾਂਦਾ ਹੈ ਕਿ ਵੀ ਇਹ ਵੱਖਰੇ ਕਿਸੇ ਹੋਰ ਸਟੇਟ ਚ ਜਾਇਆ ਜਾਵੇ ਕਿਸੇ ਕੰਟਰੀ ਚ ਜਾਇਆ ਜਾਵੇ ਉਹਦਾ ਕਲਚਰ ਜਾਣਿਆ ਜਾਵੇ ਇਹ ਮੈਨੂੰ ਭੁੱਖ ਹੈ ਤੋਂ ਮੇਰਾ ਲਿਟਰੇਚਰ ਮੈਨੂੰ ਭੁੱਖ ਪੂਰੀ ਕਰਵਾਉਂਦਾ ਮੈਂ ਆਪਣੀ ਕਲਮ ਦੀ ਆਪਣੀ ਕਵਿਤਾ ਦੀ ਬੁੜੀ ਸ਼ੁਕਰਗੁਜ਼ਾਰਾਂ ਤੋਂ ਮੈਨੂੰ ਉਹ ਜਿਹੜੀ ਤੁਹਾਨੂੰ ਦੱਸਿਆ ਸੀ ਵੀ ਉਹ ਗੀਤ ਲਿਖਾਉਂਦੇ ਚੋ ਗੀਤ ਮੇਰੀ ਮੇਰੀ ਮਾਂ ਲਿਖਦੀ ਸੀ ਫਿਰ ਉਹ ਗੀਤ ਓਕੇ ਮੇਰੇ ਫਾਦਰ ਜਾਂ ਮੇਰੇ ਮਦਰ ਦੋਨੋਂ ਦੋਨਾਂ ਚੋਂ ਉਹ ਗੀਤ ਲਿਖਦੇ ਸੀ ਜਿਹੜਾ ਸ਼ਾਮ ਨੂੰ 5 ਵਜੇ ਆਉਂਦਾ ਸੀ ਫਿਰ ਉਹਦੀ ਧੁਨ ਸਿਖਾਈ ਜਾਂਦੀ ਸੀ ਫਿਰ ਮੇਰੀ ਮਾਂ ਕਿਉਂਕਿ ਮਿਊਜ਼ਿਕ ਨਾਲ ਸੰਬੰਧ ਸੀ ਮੇਰੇ ਫਾਦਰ ਵੀ ਬਹੁਤ ਸੁਣਾਉਂਦੇ ਸੀ ਤੋਂ ਦੋਨੋਂ ਜਣੇ ਮੈਨੂੰ ਤਿਆਰ ਕਰਾਉਂਦੇ ਸੀ ਤੇ ਹੁਣ ਇਹ ਦੇਖੋ ਤੁਸੀਂ ਕਿੱਡਾ ਕ੍ਰੈਡਿਟ ਹੈ ਸਟੇਜ ਫੀਅਰ ਮੇਰੇ 'ਚ ਨਹੀਂ ਹੈ ਸ਼ੁਰੂ ਤੋਂ ਹੀ ਨਹੀਂ ਹੈ ਉਹ ਮੇਰੇ ਪਿਤਾ ਨੇ ਮੇਰੀ ਮਾਤਾ ਨੇ ਦੂਰ ਕੀਤਾ ਕਿੰਨਾ ਕਿ ਮੈਂ ਇੱਕ ਸਵਾਲ ਤੁਹਾਨੂੰ ਕਰੂੰਗਾ ਕਿੰਨਾ ਕਿ ਜ਼ਰੂਰੀ ਹੁੰਦਾ ਕਿਉਂਕਿ ਆਪਾਂ ਕਈ ਵਾਰੀ ਦੇਖਦੇ ਆ ਟੈਲੈਂਟ ਬਹੁਤ ਲੋਕਾਂ ਦੇ ਵਿੱਚ ਹੁੰਦਾ ਮੈਂ ਹਮੇਸ਼ਾ ਕਹਿੰਦਾ ਹਾਂ ਕਿ ਹਰ ਇਨਸਾਨ ਦੇ ਵਿੱਚ ਕੋਈ ਨਾ ਕੋਈ ਟੈਲੈਂਟ ਲੁਕਿਆ ਹੋਇਆ ਛੁਪਿਆ ਹੋਇਆ ਇਹ ਕਿੰਨਾ ਕਿ ਜ਼ਰੂਰੀ ਹੁੰਦਾ ਉਸ ਟੈਲੈਂਟ ਨੂੰ ਉਸ ਇਨਸਾਨ ਦਾ ਖੁਦ ਪਛਾਣਨਾ ਜਾਂ ਕਿਸੇ ਦਾ ਉਹਦੀ ਜ਼ਿੰਦਗੀ ਵਿੱਚ ਆਉਣਾ ਤੇ ਉਹ ਟੈਲੈਂਟ ਬਾਹਰ ਕੱਢਵਾਉਣਾ ਇਹ ਦੋਨੋਂ ਹੀ ਰਸਤੇ ਠੀਕ ਨੇ ਮੇਰਾ ਖਿਆਲ ਹੈ ਜਦੋਂ ਤੁਸੀਂ ਸਵੈ ਪਛਾਣ ਕਰਦੇ ਹੋ ਉਹ ਲੇਟ ਕਰਦੇ ਆ ਜਦੋਂ ਤੱਕ ਤੁਹਾਨੂੰ ਆਪ ਰਿਅਲਾਈਜ਼ ਹੁੰਦਾ ਹੈ ਆਪ ਰਿਅਲਾਈਜ਼ ਠੀਕ ਉਹ ਦੇਰੀ ਹੋ ਚੁੱਕੀ ਹੁੰਦੀ ਹੈ ਦੇਰੀ ਹੋ ਚੁੱਕੀ ਹੁੰਦੀ ਜਦੋਂ ਕੋਈ ਬੰਦਾ ਦੇਖਦਾ ਕਿ ਮੇਰੇ ਤੋਂ ਇਹਦੇ 'ਚ ਇਹ ਕਾਣ ਹੈਗਾ ਹੂੰ ਠੀਕ ਹੈ ਮੇਰੀ ਮਾਂ ਨੇ ਦੇਖਿਆ ਵੀ ਮੇਰੇ ਦੇ ਵਿੱਚ ਕੋਈ ਸੰਗੀਤ ਦਾ ਕਾਣ ਹੈਗਾ ਕੋਈ ਲੇਕਿਨ ਉਹ ਮੇਰੀ ਮਾਂ ਵਾਲਾ ਕਾਣ ਮੇਰੇ 'ਚ ਨਹੀਂ ਆ ਸਕਿਆ ਇਹ ਠੀਕ ਹੈ ਕਿ ਤਰਨਮ ਵਿੱਚ ਕਵਤਾ ਪੜ ਲੈਣੀਗਾ ਗਾਇਕੀ ਨਹੀਂ ਹੁੰਦੀ ਮੇਰੇ ਪਿਤਾ ਨੇ ਦੇਖਿਆ ਵੀ ਆ ਆ ਕੁੜੀ ਮੇਰੀ ਕਰ ਸਕਦੀ ਹੈ ਠੀਕ ਹੈ ਹੂੰ ਮੇਰੇ ਟੀਚਰ ਨੇ ਦੇਖਿਆ ਮੇਰੇ ਟੀਚਰ ਨੇ ਪਛਾਣਿਆ ਮੇਰੇ ਟੀਚਰ ਨੇ ਉਹ ਪਛਾਣ ਕੇ ਮੇਰੇ ਮਾਪੇ ਤੋਂ ਅੱਗੇ ਲੈ ਕੇ ਗਿਆ ਤੇ ਉਹਨੇ ਮੈਨੂੰ ਪਬਲਿਸ਼ ਕੀਤਾ ਮੇਰੇ ਵਿੱਚ ਇੱਕ ਇੱਕ ਮੈਨੂੰ ਇੱਕ 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 ਚਣਗ ਚੁਆਤੀ ਲਾਈ ਕਿ ਨਹੀਂ ਮਨਜੀਤਿੰਦਰਾ ਤੈਨੂੰ ਚ ਆਪਣਾ ਵੀ ਚਾਹੀਦਾ ਤੁਸੀਂ ਉਦੋਂ ਯਕੀਨ ਕੀਤਾ ਉਹਨਾਂ ਤੇ ਉਹਨਾਂ ਚ ਪ੍ਰੋਪਰ ਆਪਣਾ ਜਿਹੜਾ ਤੁਸੀਂ ਫੇਰ ਜੀ ਦਾ ਤੁਸੀਂ ਦੱਸ ਰਹੇ ਹੋ ਦਿਖਾਇਆ ਤੇ ਉਹ ਟੈਲੈਂਟ ਬਾਹਰ ਨਿਕਲ ਕੇ ਆਇਆ ਇੱਕ ਜਿਹੀ ਤੁਸੀਂ ਬਚਪਨ ਦੀ ਯਾਦ ਤੁਸੀਂ ਕਿਹਾ ਸੀ ਮੈਂ ਤੁਹਾਡੇ ਨਾਲ ਸਾਂਝੀ ਕਰੂੰਗੀ ਅ ਅੱਜਕੱਲ ਟੀਚਰ ਮੈਂ ਡਿਸਟ੍ਰਿਕਟ ਮਹਿੰਦਰਗੜ੍ਹ ਦੇ ਵਿੱਚ ਕਨੀਨੇ ਪੜਦੀ ਸੀ ਮੇਰੇ ਇੱਕ ਟੀਚਰ ਹੁੰਦੇ ਸੀ ਮਾਸਟਰ ਰਾਮ ਪ੍ਰਤਾਪ ਉਸ ਲਈ 10 ਰੁਪਏ ਉਹਨਾਂ ਦੀ ਫੀਸ ਹੁੰਦੀ ਸੀ ਮਹੀਨੇ ਦੀ ਓਕੇ 10 ਰੁਪਏ ਮੇਰਾ ਖਿਆਲ ਅੱਜ ਕੱਲ ਦਾ ਤਾਂ ਲੱਖ ਰੁਪਏ ਹੀ ਹੋਣਾ ਉਹ ਬਹੁਤ ਵੱਡ ਜਾਂਦਾ ਜੀ ਉਹਨਾਂ ਨੇ ਆਉਣਾ ਤੇ ਪੜਾਉਣ ਵਾਸਤੇ ਮੈਨੂੰ ਇਹਨਾਂ ਸੀ ਜੀ ਪੜਾਉਣ ਆਏ ਐ ਤੇ ਜੇ ਮੈਂ ਸੁੱਤੀ ਵੀ ਪਈਆਂ ਤਾਂ ਉਹਨੇ ਕਿਹਾ ਜੀਜੀ ਉਠੋ ਪੜ੍ਹੇ ਤੇ ਜੇ ਉਹਨਾਂ ਨੇ ਦੋ ਦਿਨ ਨਹੀਂ ਆਏ ਤੇ ਉਹਨਾਂ ਨੇ ਦਿਨ ਚ ਦੋ ਵਾਰ ਆ ਜਾਣਾ ਹੈ ਫਿਰ ਇੱਕ ਵਾਰੋ ਕਹਿਣ ਲੱਗੇ ਕਿ ਤੋ ਇਹ ਕਰ ਲਿਆ ਤੋ ਜੀਜੀਆ ਪੱਟੀ ਲਿਖੇ ਮੈਂ ਕਿਹਾ ਜੀ ਪੱਟੀ ਤੋ ਪੁੱਛੀ ਨਹੀਂ ਹੈ ਤੋ ਪੋਚ ਲੋ ਮਨ ਕਹੇ ਮੈਨੇ ਨਹੀਂ ਪੋਚਣੀ ਹੂੰ ਜੀਜੀ ਉਠੋ ਪੱਟੀ ਪੋਚੋ ਮੈਂ ਕਿਹਾ ਮੈਨੇ ਨਹੀਂ ਪੋਚਣੀ ਸਾਹਮਣੇ ਮੇਰੀ ਮਾਂ ਖੜੀ ਵਰਾਂਡੇ ਚ ਤੇ ਮੇਰੇ ਪਿਤਾ ਖੜੇ ਆ ਸੰਡੇ ਆ ਦਿਨ ਹੈ ਉਹ ਹੈਡਮਾਸਟਰ ਜਿਹਦੇ ਅੰਦਰ ਮਾਸਟਰ ਕੰਮ ਕਰ ਰਹੇ ਜੀਜੀ ਮੈਂ ਕਹਿੰਦਾ ਹੂੰ ਪੱਟੀ ਪੋਚੋ ਮੇਰੀ ਮਾਂ ਆਈ ਮਾਸਟਰ ਜੀ ਮੈਂ ਪੁੱਛਦਾ ਬਹਿਨ ਜੀ ਆ ਪਿੱਛੇ ਹਟਿਏਗਾ ਜੀਜੀ ਪੱਟੀ ਪੋਚੋ ਮੈਂ ਕਹਿੰਦਾ ਮੈਨੇ ਨਹੀਂ ਪੋਚਨੀਓ ਤੋੜ ਦੇ ਕੇ ਮਰੀ ਮੇਰੇ ਕਰਾਰੀ ਚਪੇੜ ਮੈਂ ਨਾਲੇ ਗੱਲ ਤੇ ਨਾਲੇ ਫੱਟੀ ਨਾਲੇ ਅੱਖਾਂ ਜੱਥਰੂ ਲਟਕ ਰਹੇ ਨੇ ਤੇ ਨਾਲੇ ਫੱਟੀ ਪੋਚ ਰਹੇ ਸੀ ਸੋ ਇਸ ਗੱਲ ਨੇ ਮੈਨੂੰ ਉਹ ਗੱਲ ਵੀ ਅੱਜ ਅਸੀਂ ਸਾਡੇ ਬੱਚੇ ਨੂੰ ਅਸੀਂ ਟੀਚਰ ਘੂਰਦਾ ਹੈ ਤੇ ਅਸੀਂ ਉਹਨੂੰ ਸਸਪੈਂਡ ਕਰਾਉਣ ਦੇ ਚੰਡੀਗੜ੍ਹ ਦੇ ਵਿੱਚ ਹਾਦਸਾ ਵਾਪਰਿਆ ਸੀ ਉਹ ਮੈਂ ਪੰਜਾਬੀ ਟ੍ਰਿਬਿਊਨ ਚ ਲਿਖਿਆ ਸੀ ਜੀ ਬਿਲਕੁਲ ਤੇ ਮੈਂ ਇੱਕ ਉਸ ਟੀਚਰ ਦੀ ਚੰਡੀ ਹੋਈ ਆ ਉਦੋਂ ਬਾਅਦ ਮੈਂ ਕਦੀ ਨਹੀਂ ਕਿਹਾ ਵੀ ਆ ਮੈਂ ਨਹੀਂ ਕਰਨਾ ਆ ਮੇਤੋਂ ਨਹੀਂ ਹੁੰਦਾ ਅਸੀਂ ਗੁੱਸਾ ਕਰਕੇ ਬਹਿ ਜਾਂਦੇ ਆ ਸਾਨੂੰ ਜੇ ਕੋਈ ਵੀ ਕੁਝ ਕਹਿੰਦਾ ਆ ਨਹੀਂ ਕਰਨਾ ਚਾਹੀਦਾ ਅੱਗੇ ਵਧਦੇ ਆ ਜੀ ਪੋਇਟਰੀ ਲਿਖਣ ਦਾ ਜਿਹੜਾ ਸ਼ੌਕ ਆ ਚੇਟਕ ਪੈ ਚੁੱਕੀ ਆ ਉਸ ਤੋਂ ਬਾਅਦ ਹੋਰ ਵੀ ਕਈ ਕੁਝ ਲਿਖ ਹੋ ਰਿਹਾ ਆ ਹੁਣ ਮਨਜੀਤ ਇੰਦਰਾ ਪ੍ਰੋਫੈਸ਼ਨਲੀ ਇਧਰ ਆਉਣਾ ਚਾਹੁੰਦੀ ਹੈ ਠੀਕ ਹੈ ਤੇ ਮੈਂ ਇਹ ਜ਼ਰੂਰ ਵੈਸੇ ਕਹਾਂਗਾ ਵੀ ਜੇ ਮੈਂ ਪੰਜਾਬੀ ਜ਼ੁਬਾਨ ਦੀ ਗੱਲ ਕਰਾਂ ਤੇ ਵਾਕਈ ਪ੍ਰੋਫੈਸਰ ਮੋਨ ਸਿੰਘ ਦਾ ਨਾਮ ਸੁਨਹਿਰੀ ਅੱਖਰਾਂ ਦੇ ਵਿੱਚ ਆਉਂਦਾ ਕੋਈ ਡਾਊਟ ਨਹੀਂ ਉਹਦੇ ਵਿੱਚ ਮੇਰੇ ਖਿਆਲ ਇਹਦੇ ਵਿੱਚ ਕੋਈ ਵੀ ਦੂਰ ਰਾਏ ਨਹੀਂ ਹੈਗੀ ਇਹਦੇ ਕੋਈ ਆਰਗੂਮੈਂਟ ਨਹੀਂ ਕੋਈ ਸ਼ੱਕ ਨਹੀਂ ਪੰਜਾਬੀ ਜ਼ੁਬਾਨ ਨੂੰ ਸਾਨੂੰ ਪੰਜਾਬੀਅਤ ਨੂੰ ਜੋਗਨਾ ਦੀ ਦੇਣ ਆ ਮੇਰੇ ਖਿਆਲ ਅਸੀਂ ਉਹ ਕਦੇ ਵੀ ਉਹਨੂੰ ਰੀਪੇਟਾ ਕਰਨ ਦਾ ਸੋਚ ਵੀ ਨਹੀਂ ਸਕਦੇ ਜਿੰਨਾ ਅਸੀਂ ਉਹਨਾਂ ਦੇ ਬਾਰੇ ਲਿਖੀ ਉਹਨਾਂ ਦੀ ਉਸਤ ਵਿੱਚ ਉਹਨਾਂ ਹੀ ਸ਼ਾਇਦ ਥੋੜਾ ਪ੍ਰੋਫੈਸਰ ਮੋਨ ਸਿੰਘ ਤੱਕ ਪੁੱਜਣ ਦਾ ਸਫਰ ਕਿਵੇਂ ਰਿਹਾ ਤੇ ਉਹ ਕਿੱਥੋਂ ਸ਼ੁਰੂ ਹੋਇਆ ਕਿਹਦੇ ਥਰੂ ਹੋਇਆ ਉਹਦੇ ਬਾਰੇ ਜ਼ਰੂਰ ਜੇ ਤੁਸੀਂ ਸਾਨੂੰ ਦੱਸੋ ਇਹ ਇੱਕ ਕਹਾਣੀ ਹੈ ਕਿ ਬਹੁਤ ਬੇਬਾਕ ਸੀ ਸ਼ੁਰੂ ਤੋਂ ਮੈਂ ਹਾਂ ਜਿਹੇ ਜਿਵੇਂ ਅੱਜ ਜਾਉ ਹੁਜੀ ਹਸੀ ਮੈਂ ਇਹੀ ਲੱਗਾ ਸੀ ਕਿ ਹਨ ਵੀ ਅਜੇ ਵੀ ਉਹ ਕੋਈ ਇਦਾਂ ਦਾ ਫਰਕ ਹੈ ਨਹੀਂ ਮਤਲਬ ਜੇ ਕੋਈ ਮੈਨੂੰ ਪੁਰਾਣਾ ਤੁਹਾਡਾ ਸੰਗੀ ਸਾਥੀ ਮਿਲੇ ਉਹ ਕਵੇ ਵੀ ਮਨਜੀਤ ਇੰਦਰਾ 70s ਜਿਵੇਂ ਦੀ ਹੁੰਦੀ ਸੀ ਤੇ ਮੈਂ ਕਹੂੰਗਾ ਨਹੀਂ ਅਜੇ ਵੀ ਐਵੇਂ ਦੀ ਆ ਕੋਈ ਫਰਕ ਨਹੀਂ ਤੋਂ ਮੈਂ ਮੈਨੂੰ ਪਤਾ ਲੱਗਿਆ ਕਿ ਮੇਰੇ ਮਾਪੇ ਗੱਲਾਂ ਕਰ ਰਹੇ ਰੰਧਾਵਾ ਜੀ ਐਜ ਅਗਰੀਕਲਚਰ ਯੂਨੀਵਰਸਿਟੀ ਰੰਧਾਵਾ ਰੰਧਾਵੇ ਬਾਰੇ ਮੈਂ ਇੰਨਾ ਕਿ ਜਾਣਦੀ ਸੀ ਕਿ ਐਮ ਐਸ ਰੰਧਾਵਾ ਡਾਕਟਰ ਐਮ ਐਸ ਰੰਧਾਵਾ ਜਿਹੜਾ ਆਪਣਾ ਆਈ ਸੀ ਐਸ ਅਫੀਸਰ ਸੀ ਜੀ ਕਮਿਸ਼ਨਰ ਚੰਡੀਗੜ੍ਹ ਦਾ ਸੀ ਚੰਡੀਗੜ੍ਹ ਨੂੰ ਬਹੁਤ ਵੱਡੀ ਚੀਜ਼ ਲਾਉਣਾ ਚੰਡੀਗੜ੍ਹ ਨੂੰ ਬਣਾਉਣ ਵਾਲਾ ਪੰਜਾਬ ਆਰਟ ਕਾਉਂਸਲ ਚੰਡੀਗੜ੍ਹ ਦੀ ਦੇਣ ਦਿੱਤੀ ਉਸ ਬਿਲਕੁਲ ਜੀ ਔਰ ਕੱਲੇ ਕੱਲੇ ਲੇਖਕ ਨੂੰ ਘਰ ਵੀ ਦਿੱਤੇ ਈਵਨ ਬਲਵੰਤ ਗਾਰਗੀ ਹਰਾਂ ਨੂੰ ਇੱਥੇ ਲਿਆਉਣ ਵਾਲਾ ਐਮ ਐਸ ਰੰਧਾਵਾ ਸ ਪ੍ਰੋਫੈਸਰ ਮੋਨ ਸਿੰਘ ਨੂੰ ਲਿਆਉਣ ਵਾਲਾ ਵੀ ਰੰਦਾਵਾਈਸ ਅੱਛਾ ਜੀ ਮੈਂ ਮੈਂ ਰੰਦਾਵੇ ਨੂੰ ਚਿੱਠੀ ਲਿਖੀ ਬਿਕਵਤਾ ਲਿਖਦੀ ਆ ਤੋ ਮੇਰਾ ਜੀ ਬੜਾ ਕੀਤਾ ਵੀ ਇੰਨੀਆਂ ਕਿਤਾਬਾਂ ਨੇ ਆ ਉਹਦੇ ਚਿੱਠੀ ਤੇ ਬੋਲ ਮੈਨੂੰ ਜ਼ਰੂਰ ਕਿਉਂਕਿ ਤੁਹਾਨੂੰ ਯਾਦ ਆ ਮੈਨੂੰ ਪਤਾ ਤੁਸੀਂ ਚਿੱਠੀ ਕੀ ਲਿਖੀ ਆ ਮੈਂ ਉਹ ਚਿੱਠੀ ਲਿਖੀ ਵੀ ਮੈਂ ਕਵਤਾ ਲਿਖਦੀ ਆ ਤੇ ਮੈਨੂੰ ਮੇਰੀ ਮੈਂ ਕਿਤਾਬ ਛਾਪਣੀ ਆ ਤੋ ਉਹਦਾ ਮੁੱਖ ਬੰਦ ਤੁਸੀਂ ਮੈਨੂੰ ਲਿਖੋ ਠੀਕ ਕਿਸੇ ਨੂੰ ਨਹੀਂ ਦੱਸਿਆ ਮੈਂ ਘਰ ਚ ਕਿਸੇ ਨੂੰ ਨਹੀਂ ਦੱਸਿਆ ਮਾਂ ਨੂੰ ਪਿਓ ਨੂੰ ਇਨਲੈਂਡ ਲੈਟਰ ਲਿਖਦਾ ਇਨਲੈਂਡ ਲੈਟਰ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਵਾਈਸ ਚੈਂਸਲਰ ਨੂੰ ਮਨਜੀਤਿੰਦਰਾ ਲਿਖ ਰਿਹਾ ਟੀਨੇਜ ਚ ਮਨਜੀਤਿੰਦਰਾ ਲਿਖ ਕੇ ਡਾਕਖਾਨੇ ਚ ਜਾ ਕੇ ਲੁਧਿਆਣੇ ਪਾਇਆ ਹੀ ਹੈ ਓਕੇ ਤੇ ਫਿਰ ਬੀਬਾ ਜੀ ਚਿੱਠੀ ਦਾ ਜਵਾਬ ਉਡੀਕ ਰਹੇ ਨੇ ਇੱਕ ਦਿਨ ਦੋ ਦਿਨ ਤਿੰਨ ਦਿਨ ਚਾਰ ਦਿਨ ਮਹੀਨਾ ਦੋ ਮਹੀਨੇ ਤੇ ਮੈਂ ਕਹਿੰਦੀ ਆ ਵੀ ਮਨਜੀਤ ਜੀ ਦਾ ਤੈਨੂੰ ਤੌਕਲ ਹੀ ਨਹੀਂ ਵੀ ਵਾਈਸ ਚੈਂਸਲਰ ਵੀ ਤੇਰੀ ਚਿੱਠੀ ਉਹਦੇ ਕੋ ਪਹੁੰਚੀ ਹੋਊਗੀ ਉਹਨੇ ਪੜ੍ਹੀ ਹੋਊਗੀ ਮੈਨੂੰ ਬੜਾ ਆਵੇ ਆਪਣੇ ਆਪ ਤੇ ਅੱਛਾ ਵੱਡੇ ਤਾਂ ਇਦਾਂ ਦੇ ਹੁੰਦੇ ਨੇ ਸੋ ਇੱਕ ਦਿਨ ਚਿੱਠੀ ਆਈ ਪਰ ਰੰਦਾਵੇ ਦੀ ਅੱਜ ਮੈਂ ਇੱਥੇ ਇੱਥੇ ਪਾਜ਼ ਦੇ ਕੇ ਗੱਲ ਕਰਦੀ ਆ ਅੱਜ ਕਿਸੇ ਅੱਜ ਦੇ ਕਿਸੇ ਵੀ ਆਈ ਐਸ ਅਫਸਰ ਨੂੰ ਪੀਸੀਐਸ ਅਫਸਰ ਨੂੰ ਆਈਪੀਐਸ ਅਫਸਰ ਨੂੰ ਕੋਈ ਕੁੜੀ ਚਿੱਠੀ ਲਿਖਦੀ ਹੈ ਵੀ ਮੈਨੂੰ ਮੈਂ ਆ ਉਹਨੂੰ ਉਹਨੂੰ ਇੱਲ ਜਾਣੇ ਕੋ 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 ਨਹੀਂ ਆਉਂਦਾ ਲਿਟਰੇਚਰ ਦਾ ਉਹ ਕਹੂਗੀ ਤੂੰ ਆ ਜਾ ਬੀਬੀ ਸਾਹਿਬ ਸਾਰੀ ਦੀ ਸਾਰੀ ਹੁਣੇ ਆ ਜਾ ਗੱਡੀ ਭੇਜ ਦਿੰਨੇ ਮੈਂ ਹਾਂ ਹਾਂ ਮਿਲ ਕੇ ਅਸੀਂ ਕਰ ਲੈਨੇ ਤੇਰਾ ਮੁਖਵੰਦ ਮੈਂ ਲਿਖੂ ਰੰਦਾਵਾ ਇਹ ਇਹ ਹੁਣ ਇਹ ਇਹ ਤੁਸੀਂ ਤੁਸੀਂ ਦੇਖੋ ਵੀ ਉਹ ਬੰਦਾ ਕਿੱਥੇ ਖੜਾ ਹੈ ਉਹ ਬੰਦਾ ਕੀ ਹੈ ਉਹ ਲਿਖਦਾ ਹੈ ਕਿ ਮੇਰੀ ਪਿਆਰੀ ਮਨਜੀਤendra ਤੁਹਾਡੀ ਚਿੱਠੀ ਮਿਲੀ ਨਾ ਤੁਹਾਡੀ ਚਿੱਠੀ ਦਾ ਜਵਾਬ 2 ਮਹੀਨੇ ਪਛੜ ਨਾ ਤੁਹਾਡੀ ਚਿੱਠੀ ਦਾ ਜਵਾਬ ਪਛੜ ਕੇ ਦੇ ਰਿਆਂ ਦੇਸੋਂ ਬਾਹਰ ਗਏ ਹੋਣ ਕਰਕੇ ਪਛੜ ਕੇ ਦੇ ਰਿਆ ਮੈਨੂੰ ਇਹ ਜਾਣ ਕੇ ਖੁਸ਼ੀ ਹੋਈ ਕਿ ਤੁਸੀਂ ਕਵਤਾ ਲਿਖਦੇ ਹੋ ਪਰ ਕਵਤਾ ਦਾ ਮਹਾਰ ਪ੍ਰੈਸਰ ਮੋਹਨ ਸਿੰਘ ਇਸ ਯੂਨੀਵਰਸਿਟੀ ਚ ਹੈ ਇਸ ਨੂੰ ਉਹਨੂੰ ਮਿਲੋ ਮੈਂ ਵੀ ਗੱਲ ਕਰਾਂਗਾ ਜੇ ਫਿਰ ਵੀ ਲੋੜ ਪਈ ਤਾਂ ਮੁੱਖਬੰਦ ਮੈਂ ਲਿਖਾਂਗਾ ਏ ਏ ਐਮ ਐਸ ਰੰਦਾਵੇ ਸੋ ਐਮ ਐਸ ਰੰਦਾਵੇ ਨੇ ਮੈਨੂੰ ਮੋਨ ਸਿੰਘ ਨਾ ਮਿਲਾਇਆ ਮੋਨ ਸਿੰਘ ਸਮਝਦਾ ਸੀ ਮੈਂ ਬੜੀ ਵੱਡੀ ਸਾਰੀ ਤੇ ਉਹ ਬੜੀ 올ਡਰ ਲੇਡੀ ਹੋਊਗੀ ਤੇ ਉੱਥੇ ਜਿੱਦਾਂ ਲੱਗਿਆ ਵੀ ਮਨਜੀਤ ਇੰਦਰਾ ਤਾਂ ਇਹ ਤਾਂ ਐਵੇਂ ਸੋ ਉਹਨਾਂ ਨੂੰ ਜਿਹੜੀ ਮੁਲਾਕਾਤ ਤੁਹਾਡੀ ਜਿਹੜੀ ਪ੍ਰੋਫੈਸਰ ਸਾਹਿਬ ਦੇ ਨਾਲ ਹੋਈ ਆ ਤੁਸੀਂ ਪਹਿਲਾਂ ਕੀ ਐਮ ਐਸ ਰੰਦਾਵਾ ਸਾਹਿਬ ਨੂੰ ਮਿਲੇ ਉਹ ਉਹਨਾਂ ਦੇ ਕੋਲ ਲੈ ਕੇ ਗਏ ਜਾਂ ਉਹਨਾਂ ਨੇ ਤੁਹਾਨੂੰ ਡਾਇਰੈਕਟਲੀ ਉਹਨਾਂ ਦਾ ਕੰਟੈਕਟ ਦਿੱਤਾ ਉਹਨਾਂ ਨੇ ਮੈਨੂੰ ਨਾ ਐਡਰੈਸ ਦਿੱਤਾ ਮੈਂ ਉਹਨੂੰ ਚਿੱਠੀ ਲਿਖਤੀ ਉਹ ਮੈਂ ਤਾਰਿਆਂ ਦੇ ਸਾਹਮਣੇ ਬੜੇ ਸਿੱਦਤ ਨਾਲ ਉਹਨੂੰ ਡਿਸਕਸ ਕੀਤਾ ਵੀ ਮੋਨ ਸਿੰਘ ਨੂੰ ਚਿੱਠੀ ਲਿਖਣ ਲਈ ਮੈਂ ਕੀ ਕੀ ਕਰ ਰਹੀ ਆ ਕਿਦ ਮੈਂ ਅੰਡ ਕਦੀ ਲੈਟਰ ਪੈਡ ਲੈ ਕੇ ਆਉਣੀ ਆ ਕਦੀ ਮੈਂ ਪੈਨ ਦੇਖਦੀ ਆ ਕਦੀ ਮੈਂ ਚਾਹੀ ਦੇਖਦੀ ਆ ਵੀ ਮੋਹਨ ਸਿੰਘ ਨੂੰ ਉਹ ਹੋ ਉਸ ਮੋਹਨ ਸਿੰਘ ਨੂੰ ਲਿਖਦੀ ਆ ਛੱਡ ਦੇ ਝੂੜੇ ਵਾਲੀ ਕੁੜੀ ਛੱਡ ਦੇ ਛੱਡ ਦੇ ਮੇਰੀ ਬਾਹ ਮੈਂ ਨਹੀਂ ਰਹਿਣਾ ਤੇਰੇ ਘਰ ਆ ਵੀ ਉਸ ਉਸ ਸ਼ਾਇਰ ਨੂੰ ਮਿਲਣ ਜਾਣਾ ਵੀ ਬੜਾ ਨਟਖਟ ਜਿਹਾ ਸ਼ਾਇਰ ਹੋਊਗਾ ਉਹ ਤੂੰ ਅਸਲ ਚ ਉਹ ਨਟਖੜਤਾ ਮਨਜੀਤ ਸਿੰਧਰਾ ਦੇ ਅੰਦਰਲੀ ਸੀ ਸੋ ਮੈਂ ਮੋਹਨ ਸਿੰਘ ਨੂੰ ਮਿਲਣ ਗਈ ਆ ਸੋ ਬਹੁਤ ਸੰਜੀਦਾ ਇਨਸਾਨ ਮੇਰੀ ਜ਼ਿੰਦਗੀ ਵਿੱਚ ਜਿੱਥੋਂ ਮੈਂ ਮੈਂ ਕਹਿਨੀ ਹੁੰਦੀ ਆ ਕਿ ਮੈਂ ਉਹਦੇ ਨੂੰ ਕੋਈ ਗੁਰੂ ਪ੍ਰੋਪਰਲੀ ਧਾਰਿਆ ਨਹੀਂ ਠੀਕ ਹੈ ਵੀ ਜਿਵੇਂ ਕਹਿੰਦੇ ਜੀ ਵੀ ਜੋ ਦੀ ਪੱਗ ਦੇ ਕੇ ਆਏ ਜੀ ਆਹ ਦੇ ਕੇ ਆਏ ਜੀ ਮੈਂ ਤਾਂ ਇੱਕ ਫੁੱਲ ਵੀ ਨਹੀਂ ਸੀ ਲੈ ਕੇ ਗਈ ਮੈਂ ਮਹਾਂਮੋਹਨ ਸਿੰਘ ਨੂੰ ਮਿਲਣ ਜਾਣੀ ਆ ਤੋ ਮੈਂ ਨਹੀਂ ਜਾਣਦੀ ਉਹ ਆਉਂਦਾ ਹੈ ਉਹ ਧਾਰਿਆਂ ਦਾ ਛੱਜ ਚ ਸਾਰਾ ਕੁਝ ਹੈ ਤੋ ਇਹ ਰਿਪੀਟ ਕਰੂੰਗੀ ਤੋ ਤਾਂ ਫਾਇਦਾ ਕੋਈ ਨਹੀਂਗਾ। ਇਹ ਪਰ ਜਿਨ੍ਹਾਂ ਨੇ ਨਹੀਂ ਪੜ੍ਹੀ ਹੋਈ ਉਹਨਾਂ ਦੇ ਵਾਸਤੇ ਮੈਂ ਜ਼ਰੂਰ ਚਾਹੂੰਗਾ ਵੀ ਤੁਸੀਂ ਇੱਕ ਉਹ ਜਿਹੜੀ ਆ ਤੁਹਾਡੇ ਮੂਹੋਂ ਕਿ ਪ੍ਰੋਫੈਸਰ ਮੋਹਨ ਸਿੰਘ ਦੇ ਨਾਲ ਤੁਹਾਡੀ ਜਿਹੜੀ ਪਹਿਲੀ ਮੁਲਾਕਾਤ ਆ ਹਾਂ ਉਹਦੇ ਕੁਝ ਇੱਕ ਅੰਸ਼ ਜ਼ਰੂਰ ਸਾਡੇ ਨਾਲ ਸਾਂਝੇ ਕਰੋ। ਉਹ ਇਹ ਆ ਕਿ ਜਦੋਂ ਮੈਂ ਮੈਂ ਦਰਵਾਜ਼ੇ ਤੇ ਖੜੀ ਆ ਤੇ ਪ੍ਰੈਸਰ ਮੋਹਨ ਮੈਂ ਘਰੋਂ ਤੁਰ ਪਈ ਆ ਕਿਉਂਕਿ ਸਾਈਕਲ ਸੀਗਾ। ਮੈਂ ਬੜਾ ਸਾਈਕਲ ਸਾਈਕਲ ਚਲਾਇਆ ਲੁਧਿਆਣੇ ਚ। ਠੀਕ ਹੈ। ਤੋ ਸਾਈਕਲ ਸੀਗਾ ਤੇ ਮੈਂ ਜਾ ਰਹੀ ਆ ਵੀ ਮੈਂ ਮੋਹਨ ਸਿੰਘ ਨੂੰ ਮਿਲੂੰਗੀ। ਸਾਈਕਲ ਮੇਰਾ ਕੜਾ ਸੀ ਪੰਕਚਰ ਹੋਇਆ ਪੰਕਚਰ ਲੋ ਆ ਰਹੀਆਂ ਤਾਂ ਲੇਟ ਹੋ ਗਈ ਮੈਂ ਜਦੋਂ ਮੋਨ ਸਿੰਘ ਵੇਟ ਵੂਟ ਕਰਕੇ ਜਾ ਰਿਹਾ ਤੇ ਆਪਣੇ ਉਹ ਦਫਤਰੀ ਨੌਕਰ ਸੀਗਾ ਤੇ ਉਹਨੂੰ ਕਹਿੰਦੇ ਆ ਇੱਕ ਬੀਬੀ ਜੀ ਆਏਗੀ ਉਹ ਆਪਣਾ ਨਾਮ ਮਨਜੀਤਿੰਦਰਾ ਬਤਾਏਗੀ ਉਹਨੂੰ ਬਿਠਾਣਾ ਔਰ ਮuje ਫਾਰਮ ਤੇ ਬਤਾ ਆਣਾ ਹਾਂ ਤਾਂ ਮੈਂ ਕੀ ਕਹਿ ਰਹਾ ਥਾ ਮਨਜੀਤਿੰਦਰਾ ਜੀ ਆਏਗੀ ਮੈਂ ਉਹਨਾਂ ਨੂੰ ਕਹਿੰਦੇ ਪ੍ਰੇਸ ਸਾਹਿਬ ਮੈਂ ਠੈਰੋ ਜੀ ਮੈਨੂੰ ਬੜਾ ਲੱਗਾ ਤੱਕਾ ਵੀ ਹੈ ਰੱਬਾ ਆ ਬੰਦਾ ਇਹ ਤਾਂ ਬੰਦਾ ਬੜਾ ਹੋਏ ਇਹਦੇ ਨਾਲ ਨਹੀਂ ਗੱਲ ਬਣਨੀ ਆਪਣੀ ਤੇ ਹਾਂ ਉਹ ਤੁਹਾਨੂੰ ਆਪਣਾ ਨਾਮ ਬਤਾਇਆ ਕਿ ਮਨਜੀਤਿੰਦਰਾ ਪ੍ਰਸਾਭ ਮੈਂ ਮਨਜੀਤਿੰਦਰਾ ਉਹ ਇੰਜ ਪਰਤੇ ਮੇਰੇ ਵੱਲ ਦੇਖਿਆ ਮੈਨੂੰ ਸਿਰ ਤੋਂ ਪੈਰਾਂ ਤੱਕ ਦੇਖ ਰਹੇ ਨੇ ਮੈਂ ਤੇ ਸਮਝਦਾ ਤਾਂ ਤੁਸੀਂ ਬਹੁਤ ਵੱਡੇ ਹੋਵੋਗੇ ਮੈਂ ਕਿਹਾ ਜੀ ਮੈਂ ਵੱਡੀ ਨਹੀਂ ਆ ਕਹਿੰਦੇ ਆ ਨਾ ਪੁੱਤਰ ਅੰਦਰ ਆ ਏ ਏ ਮੋਨ ਸਿੰਘ ਸੀ। ਕੀ ਬਾਤ। ਫਿਰ ਫਿਰ ਉਹ ਕਹਿੰਦੇ ਅੱਛਾ ਕੀ ਲਿਖਦੇ ਹੋ? ਮੈਂ ਕਿਹਾ ਜੀ ਕਵਤਾ। ਕਿਉਂ ਜੀ ਕਵਤਾ ਲਿਖਦੇ ਹੋ? ਬੜਾ ਗੁੱਸਾ ਆਇਆ ਮੈਨੂੰ। ਵੀ ਕਹੇ ਜੀ ਕਵਤਾ ਲਿਖਦੀਆਂ। ਇਹ ਕੋਈ ਨੌਪਣਾਉ ਹੈ। ਇਹ ਕੋਈ ਰਸਾਇਣ ਵਿਗਿਆਨ ਦੀ ਪ੍ਰਕਿਰਿਆ ਹੈ ਕੋਈ? ਕਿਹੜੀ? ਕਵਤਾ ਲਿਖਦੀਆਂ ਜੀ। ਮੈਂ ਕਿਹਾ ਜੀ ਸੁਣ ਸੁਣ ਲਓ ਆਪੇ ਸੁਣਾ ਦਿਓ ਸੁਣ ਦੱਸ ਦਿਓ ਕਿਸ ਕਿਸਮ ਦੀ ਲਿਖਦੀਆਂ ਫੇ ਮੈਂ ਤਾਂ ਕਵਤਾ ਲਿਖਦੀਆਂ। ਤੰਗਾ ਫਿਰ ਕਦ ਸੁਣਾ ਛੋੜੋ ਇਹ ਉਹਦੇ ਹਾਫ ਹਾਰਟਡ ਅੱਧੇ ਮਨ ਦੀ ਗੱਲ ਸੀ ਉਹਨੂੰ ਇਹ ਲੱਗਿਆ ਨਹੀਂ ਵੀ ਮਨਜੀਤਿੰਦਰਾ ਇੰਨੀ ਕੁ ਕੁੜੀ ਇਹ ਇਹ ਕੀ ਲਿਖ ਲੂਗੀ ਇਹ ਕਵਤਾ ਲਿਖਦੀ ਹੋਊਗੀ ਤੇ ਮੈਨੂੰ ਸੁਣਾਉਣ ਆਈ ਐ ਇਹ ਕੀ ਕਰਦੀ ਐ ਤੇ ਮੈਂ ਕਵਤਾ ਪਿਆ ਮੈਂ ਕਿਹਾ ਜੀ ਅੱਜਕੱਲ ਮੈਂ ਮੈਨੂੰ ਨਹੀਂ ਸੀ ਪਤਾ ਇਹ ਸੱਚ ਜਾਣਿਓ ਮੈਨੂੰ ਨਹੀਂ ਸੀ ਪਤਾ ਕਿ ਮੋਨ ਸਿੰਘ ਨੇ ਮੈਂ ਪਹਿਲੀ ਕਵਤਾ ਪੜ੍ਹ ਰਹੀ ਆ ਮੈਂ ਕਹਿੰਦੀ ਮੈਂ ਅਜਕਲ ਅਮਰਤਾ ਪ੍ਰੀਤਮ ਨੂੰ ਪੜ੍ਹਦੀ ਆ ਤੇ ਮੈਂ ਕਵਤਾ ਅਮਰਤਾ ਪ੍ਰੀਤਮ ਤੇ ਲਿਖੀ ਆ। ਵਾਹ ਤੇ ਮੋਂ ਸਿੰਘ ਦੀਆਂ ਅੱਖਾਂ 'ਚ ਚਮਕ ਆਈ। ਇੱਕ ਲਿਸ਼ਕ ਜਿਹੜੀ ਮੈਂ ਦੇਖ ਸਕਦੀ ਸੀ ਉਸ ਵੇਲੇ ਵੀ। ਉਹ ਸੀ ਕਿ ਆ ਜਾਖਾਂ ਵਾਰਿਸ ਆ ਉਹਨੂੰ ਕਿਤੇ ਕਬਰਾਂ ਵਿੱਚੋਂ ਬੋਲ ਤੇ ਮੈਂ ਲਿਖਿਆ ਸੀ ਵਾਰਿਸ ਕੋ ਕਿਆ ਚੂਚਕ ਦੀ ਹੀਰ ਬਦਲੇ ਧੁਪਕਾਰ ਉੱਠੀ ਉਸੇ ਵਾਰਿਸ ਨੂੰ ਮੈਂ ਕੀ ਜਾਣਾ ਵਾਰਿਸ ਨੂੰ ਅਮਰਤਾ ਮੈਂ ਤੈਨੂੰ ਪੁੱਛਾਂ। ਆਹਾਹਾ ਬਿਊਟੀਫੁੱਲ ਇੱਕ ਹਫ਼ਤਾ ਲੰਬੀ ਤੇ ਮੈਂ ਮੋਹਨ ਸਿੰਘ ਦੇ ਕਾਹਨ ਤੇ ਦੋ ਤਿੰਨ ਵਾਰ ਪੜ੍ਹੀ ਠੀਕ ਹੈ ਅਗਲੀ ਹਫ਼ਤਾ ਫੇਰ ਆ ਮੋਹਨ ਸਿੰਘ ਅਮਰਤਾ ਤੇ ਤੇਰੇ ਦੇਸ਼ ਦੇ ਪਾਣੀਆਂ 'ਚ ਮੇਰੇ ਦੇਸ਼ ਦੇ ਪਾਣੀਆਂ 'ਚ ਕੁਲਿਆਏ ਲਹੂ ਕੁਲਿਆਏ ਜ਼ਹਿਰ ਕਈ ਵਾਰ ਡੁਲਿਆਏ ਲਹੂ ਕਈ ਵਾਰ ਉਹ ਲਹੂ ਤੇ ਉਹ ਪਾਣੀ ਉਹ ਸਭ ਕੁਛ ਹੀ ਆਪਣਾ ਇਹ ਧਰਤੀ ਸ਼ਰਮਿੰਦਾ ਦੋਸਤੀ ਦੁਸ਼ਮਣੀ ਸ਼ਰਮਿੰਦਾ ਤੇਰੀ ਤੇ ਮੇਰੀ ਰੂਹ ਦਾ ਕਤਲ ਧਰਤੀ ਜਪੰਬੜ ਬਲ ਉੱਠੇ ਬਹੁਤ ਵਾਲਾ ਵਾਦਿਆ ਅਗਲੀ ਘੋਤਾ ਫੇਰਾ ਮਰਤਾ ਤੇ ਲੋਕ ਗੀਤਾਂ ਦੀ ਰਾਣੀ ਤੂੰ ਜਗ ਕੀਰਾਂ ਪੀੜਾਂ ਦੀ ਬਾਣੀ ਤੂੰ ਜਜ਼ਬੇ ਤੇਰੇ ਤਿੱਖੜੇ ਮੇਰੀ ਕਾਨੀ ਦੱਸ ਕਿਵੇਂ ਲਿਖੇ ਮੋਨ ਸਿੰਘ ਨੇ ਮਨਲਕ ਜੇ ਮੇਰੇ ਹੱਥ ਮੇਰੇ ਕੋਲੋਂ ਮੇਰੀ ਡਾਇਰੀ ਫੜੀ ਉਹ ਡਾਇਰੀ ਇੱਥੇ ਰੱਖੀ ਅੱਖਾਂ ਬੰਦ ਉਹ ਇੰਜ ਉਹ ਵਰਕਿਆ ਨੂੰ ਪਲੋਸ ਰਿਹਾ ਉਹ ਵਰਕੇ ਨਹੀਂ ਸੀ ਕਿਸੇ ਦਾ ਚਿਹਰਾ ਸੀ ਸ਼ਾਇਦ ਪਿਆਰ ਸੀ ਰੋਮਾਂਸ ਸੀ ਅੱਖਾਂ ਬੰਦ ਨੇ ਤੇ ਕਹਿ ਰਹੇ ਨੇ ਅਮਰਤਾ ਅਮਰਤਾ ਬਹੁਤ ਸੋਹਣੀ ਹੈ ਬਤਾ ਅਮਰਤਾ ਬਹੁਤ ਸੋਹਣਾ ਲਿਖਦੀ ਹੈ ਅਮਰਤਾ ਵਰਗਾ ਕਿਸੇ ਨਹੀਂ ਲਿਖਣਾ ਉਹ ਆ ਬਹੁਤ ਸੋਹਣੀ ਮਤਲਬ ਉਹ ਬਹੁਤ ਨੂੰ ਐਡਾ ਲਮਕਾ ਕੇ ਮੈਨੂੰ ਉਸ ਵੇਲੇ ਨਹੀਂ ਪਤਾ ਸੀ ਕਿ ਮੋਨ ਸਿੰਘ ਨੇ ਮੇਰੀ ਕਵਿਤਾ ਸਿਰਫ ਤੇ ਸਿਰਫ ਤੇ ਸਿਰਫ ਇਸ ਕਰਕੇ ਪਸੰਦ ਕੀਤੀ ਕਿ ਅਮਰਤਾ ਲਈ ਸੀ ਅਮਰਤਾ ਬਾਰੇ ਸੀ ਸੋ ਤੁਹਾਨੂੰ ਲੱਗਦਾ ਵੀ ਜੇ ਤੁਸੀਂ ਅਮਰਤਾ ਪ੍ਰੀਤਮ ਨੂੰ ਨਾ ਪੜਿਆ ਹੁੰਦਾ ਅਮਰਤਾ ਪ੍ਰੀਤਮ ਦਾ ਜ਼ਿਕਰ ਨਾ ਕੀਤਾ ਹੁੰਦਾ ਅਮਰਤਾ ਪ੍ਰੀਤਮ ਦੇ ਬਾਰੇ ਨਾ ਲਿਖਿਆ ਹੁੰਦਾ ਜਾਂ ਤੁਸੀਂ ਅਮਰਤਾ ਪ੍ਰੀਤਮ ਦੀ ਸਖਸ਼ੀਅਤ ਨੂੰ ਇਸ ਤਰ੍ਹਾਂ ਬਿਆਨ ਨਾ ਕਰਦੇ ਤੇ ਸ਼ਾਇਦ ਕਿਤੇ ਪ੍ਰੋਫੈਸਰ ਸਾਹਿਬ ਇਨਾ ਇੰਟਰਸਟ ਸ਼ੋ ਨਾ ਕਰਦੇ ਹੋ ਸਕਦਾ ਹੈ ਕਿ ਯੈਸ ਮੈਨੂੰ ਲੱਗਦਾ ਹਾਂ ਮੈਨੂੰ ਲੱਗਦਾ ਅੱਜ ਮੈਨੂੰ ਲੱਗਦਾ ਹੈ ਕਿ ਮੇਰੀ ਕਵਤਾ ਇਸ ਕਰਕੇ ਉਹਨੂੰ ਚੰਗੀ ਲੱਗੀ ਕਿ ਮੇਰੀ ਕਵਿਤਾ ਅਮਰਤਾ ਲਈ ਸੀ ਔਰ ਨਿਰਾਇ ਜਿਹਨੂੰ ਕਹਿੰਦੇ ਇਸ਼ਕ ਸੀ ਯੈਸ ਔਰ ਉਸ ਤੋਂ ਬਾਅਦ ਜਦੋਂ ਮੈਂ ਕਿਤਾਬ ਛਾਪਣ ਦੀ ਮੈਂ ਜਿਹੜੇ ਆ ਸਾਡੇ ਅੱਜ ਦੇ ਅੱਜਕੱਲ ਲਿਖਦੇ ਨੇ ਮੁੰਡੇ ਵਿਚਾਰ ਪੰਜ ਕਵਤਾਵਾਂ ਲਿਖ ਲੈ ਕੁੜੀਆਂ ਮੁੰਡੇ ਲਿਖਦੇ ਨੇ 15 20 ਕਵਤਾਵਾਂ ਲਖੀਆਂ 20 25 ਲਖੀਆਂ ਜੋੜੀਆਂ ਤੇ ਜੀ ਕਿਤਾਬ ਛਪਾਤੀ ਪਬਲਿਸ਼ਰ ਕੋਲ ਗਏ ਕਰਦੇ ਆਂਦੇ ਜਾਂ ਆਪਣੀ ਪੌਕੇਟ ਦੇ 15-20000 ਰੁਪਏ ਇਕੱਠਾ ਕੀਤਾ ਤੇ ਦੇ ਆਏ ਮੇਰਾ خیال ਉਹਨਾਂ ਨੂੰ ਇੱਕ ਕਿਤਾਬ ਪੜ੍ਹ ਲੈਣੀ ਚਾਹੀਦੀ ਹੈ ਮੈਂ ਉੱਛੜਦੀ ਗਈ ਸੀ ਕਿ ਮੋਹਨ ਸਿੰਘ ਤੋਂ ਮੁੱਖਬੰਦ ਲਿਖਵਾਉਣਾ ਹੈ ਤੇ ਮੋਹਨ ਸਿੰਘ ਕਹਿੰਦੇ ਆ ਜਾਇਆ ਕਰ ਆਪਣੀ ਕਵਤਾ ਸੁਣਾਇਆ ਜਾਇਆ ਕਰ ਆਹਾਂ ਠੀਕ ਹੈ ਤੇ ਮੈਨੂੰ ਬੁਰਾ ਬੁਰਾ ਲੱਗਾ ਸੀ ਵੀ ਮੈਂ ਤਾਂ ਮੁੱਖਬੰਦ ਲਿਖਵਾਉਣਾ ਸੀਗਾ ਇਹ ਕਹਿੰਦਾ ਆ ਜਾਇਆ ਕਰ ਕਵਤਾ ਸੁਣਾਇਆ ਜਾਇਆ ਕਰੋ ਪਹਿਲੇ ਦਿਨ ਪਹਿਲੀ ਮੁਲਾਕਾਤ ਪ੍ਰਸਨ ਮੋਹਨ ਸਿੰਘ ਦੀ ਅੱਜ ਵੀ ਮੇਰੇ ਸਾਹਮਣੇ ਉਸੇ ਤਰ੍ਹਾਂ ਖੜੀ ਹੈ ਅੱਜ ਵੀ ਮੈਂ ਉਸੇ ਜਗ੍ਹਾ ਤੇ ਪਹੁੰਚ ਜਾਂਦੀ ਆ ਕਿ ਜਦੋਂ ਉਹ ਮੇਰੇ ਲਈ ਚਾਹ ਬਣਾ ਰਹੇ ਨੇ ਮੋਹਨ ਸਿੰਘ ਜੀ ਚਾਹ ਮੈਂ ਚਾਹ ਪੀਤੀ ਇਹ ਪੱਤੀ ਸਿੱਧੀ ਆਈ ਏ ਦਾਰਜਲਿੰਗ ਤੋਂ ਹਾਂ ਫਿਰ ਉਹ ਕਹਿੰਦੇ ਨੇ ਉਹ ਹਨੇਰਾ ਹੋ ਗਿਆ ਮੇਰੀ بیوی ਜਲੰਧਰ ਗਈ ਏ ਐ ਮੇਰੀ ਬੇਟੀ ਸੁਵਿਟੀ ਦਾ ਪੇਪਰ ਹੈ ਤੇ ਮੇਰੀ بیوی ਤੇ ਬੇਟੀ ਦੋਨੋਂ ਗਈਆਂ ਨੇ ਤੇ ਘਰ 'ਚ ਅਸੀਂ ਦੋਨੋਂ ਸੀ ਮੈਂ ਆਟਾ ਕਹਿੰਦੇ ਆਪਾਂ ਰੋਟੀ ਖਾਣੇ ਆ ਰੋਟੀ ਖਾ ਕੇ ਤੇਰਾ ਘਰ ਬੜੀ ਦੂਰ ਹੋਏਗਾ ਮੈਂ ਆਪ ਛੋੜ ਕੇ ਆਵਾਂਗਾ ਅੱਛਾ ਪੰਜਾਬੀ ਸਾਹਿਦ ਦਾ ਐਡਾ ਵੱਡਾ ਸ਼ਾਇਰ ਤੇ ਮੈਂ ਉਸ ਵੇਲੇ ਦੇਖਿਆ ਕਿ ਬਮਰਤਾ ਪ੍ਰੀਤਮ ਦੀ ਇੱਕ ਬੋੜੀ ਵੁੱਡੀ ਤਸਵੀਰ ਉਸ ਕਾਰਨਸ ਤੇ ਪਈ ਸੀ ਬਲੈਕ ਐਂਡ ਵਾਈਟ ਫੋਟੋ ਨੂੰ ਕਾਲੀ ਕਲਰ ਕੀਤਾ ਹੋਇਆ ਸੀ ਜੇ ਸ਼ਾਇਦ ਕਲਰ ਨਾ ਕੀਤਾ ਹੁੰਦਾ ਤਾਂ ਦੋ ਜ਼ਿਆਦਾ ਸੋਹਣੀ ਹੁੰਦੀ ਉਹ ਪਰ ਪ੍ਰੇਸਰ ਮੋਹਨ ਸਿੰਘ ਨੂੰ ਉਹ 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 ਚਾਹ ਦੋ ਸਕੈਨਵਸ ਦੇ ਉੱਤੇ ਉਸ ਲਾਲ ਬੁੱਲਾਂ ਵਾਲੀ ਕੁੜੀ ਚੰਗੀ ਲੱਗਦੀ ਰੰਗ-ਬਰੰਗੇ ਚਿੱਤਰ ਪਸੰਦ ਸਨ ਠੀਕ ਹੈ ਤਾਂ ਮੈਲ ਦੇ ਜੋ ਤੁਸੀਂ ਪਹਿਲੇ ਤਾਂ ਕਿਹਾ ਵੀ ਮੈਂ ਆਟਾ ਗੁੰਨਿਆ ਮੋਹਨ ਸਿੰਘ ਨੇ ਮੈਂ ਰੋਟੀ ਪਕਾਈ ਉਹਨੇ ਸਬਜ਼ੀ ਬਣਾਈ ਟੇਬਲ ਤੇ ਬੈਠੇ ਆ ਰੋਟੀ ਖਾਣ ਵਾਸਤੇ ਕਦੀ ਮੈਂ ਉਹ ਸਬਜ਼ੀ ਬਣਾ ਰਿਹਾ ਤਾਂ ਕਦੀ ਮਿਲਿਆ ਅਮਰਤਾ ਨੂੰ ਅਮਰਤਾ ਜੀ ਨੂੰ ਮਿਲੇ ਹੋ ਕਦੀ ਮੈਂ ਕਹਿੰਦਾ ਨਹੀਂ ਮਿਲਣਾ ਬਹੁਤ ਅੱਛੀ ਔਰਤ ਹੈ ਮਤਲਬ ਸਾਰੀ ਗੱਲਬਾਤ ਮੇਰੇ ਤੇ ਮੇਰੀ ਕਵਿਤਾ ਤੇ ਫੋਕਸ ਨਹੀਂ ਸੀ ਸਿਰਫ ਔਰ ਸਿਰਫ ਅਮਰਤਾ ਪ੍ਰੀਤਮ ਅਮਰਤਾ ਜੀ ਬਹੁਤ ਅੱਛੀ ਬੱਚੀ ਔਰਤ ਹੈ ਮਿਲਣਾ ਲਿਖਦੀ ਏ ਮੇਰੀ ਮਾਂ ਦੀ ਕੁੱਖ ਮਜਬੂਰ ਸੀ ਲਿਖਦੀ ਏ ਕੀ ਤੁਹਾਨੂੰ ਉਦੋਂ ਇਹ ਇੱਕ ਜਿਹਨੂੰ ਕਹਿੰਦੇ ਤਸੱਲੀ ਹੋ ਗਈ ਸੀ ਜਾਂ ਤੁਸੀਂ ਕਨਵਿੰਸਡ ਹੋ ਗਏ ਸੀ ਵੀ ਵਾਕਿਆ ਹੀ ਅਮਰਤਾ ਪ੍ਰੀਤਮ ਦਾ ਇਸ਼ਕ ਜਿਹੜਾ ਹੈ ਉਹ ਸਿਰ ਚੜ੍ਹ ਕੇ ਬੋਲ ਰਿਹਾ ਨਹੀਂ ਗੁੱਸਾ ਹੁੰਦਾ ਸੀ ਬੇ ਅਮਰਤਾ 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 ਜੀ ਅਮਰਤਾ ਜੀ ਅਮਰਤਾ ਜੀ ਅਮਰਤਾ ਜੀ ਕਰੀ ਜਾਂਦਾ ਸਾਰੀ ਦਿਨ ਸੋ ਮੋਹਨ ਸਿੰਘ ਨਾਲ ਮੈਂ ਲੁਧਿਆਣੇ ਲੁਧਿਆਣੇ ਦੀ ਰਹਿਣ ਵਾਲੀ ਮੈਂ ਹਾਂ ਲੁਧਿਆਣੇ ਦਾ ਚੱਪਾ ਚੱਪਾ ਮੋਹਨ ਸਿੰਘ ਨਾਲ ਘੁੰਮ ਕੇ ਦੇਖਿਆ ਫਿਰ ਕੇ ਦੇਖਿਆ ਸਨ 1974 ਵਿੱਚ ਇੱਕ ਦਿਨ ਮੈਂ ਗਈ ਤੇ ਮੋਹਨ ਸਿੰਘ गा ਰਿਹਾ ਮੇਰੀ ਕਵਤਾ गा ਰਿਹਾ ਕੌਣ ਅੰਤ ਕਰਨ ਦੀ ਸੁਣਦਾ ਸਜਨ ਕਿੰਜ ਆਖਾਂ ਕੀ ਕਹੇ ਅੰਤ ਕਰਨ ਬੀਤਿਆ ਇਹ ਦਸ ਕਿੰਜ ਭੁੱਲ ਜਾਏਗਾ ਫਿਰ ਕਿਸੇ ਦਿਨ ਭੇ ਦੇ ਕੋਲ ਜਾਏਗਾ ਜੀਣ ਸਾਡਾ ਇੱਕ ਥਾਂ ਵੱਖਰਾ ਮਰਨ ਤੋ ਮਨਜੀਤ ਤੇਰੀ ਕਿਤਾਬ ਛਾਪ ਦੇਣੇ ਆ ਉਹਦਾ ਨਾਂ ਰੱਖਾਂਗੇ ਅੰਤ ਕਰਨ ਤੇ ਤੇਰੀ ਕਿਤਾਬ ਦੀ ਕਵਤਾ ਦੀ ਚੋਣ ਵੀ ਮੈਂ ਕਰਾਂਗਾ 74 ਚ ਮੇਰੀ ਕਿਤਾਬ छਪੀ। ਤੋਂ ਮੈਂ ਸ਼ਾਮਲ ਹੋਈ ਸੀ ਸਿਰਫ ਇਹਾਂ ਕਵਿਤਰੀਆਂ। ਲੇਕਿਨ ਗੱਲ ਨੂੰ ਮੈਂ ਅੱਗੇ ਲੈ ਕੇ ਜਾਣੀ ਆ। ਮੇਰੀ ਕਿਤਾਬ 85 ਚਾਈ ਸੀ ਕਾਲਾ ਬਾਗ। ਹਾਂਜੀ। ਤੋਂ ਜੀ ਦੇ ਕਰਕੇ ਮੈਂ ਜਾਣੀ ਜਾਨੀ ਅੱਜ ਵੀ। ਮੈਂ ਇਸ ਤੋਂ ਪਹਿਲਾਂ ਥੋੜਾ ਜਿਹਾ ਪਿੱਛੇ ਲੈ ਕੇ ਜਾਊਂਗਾ ਤੁਹਾਨੂੰ। ਅਮਰਤਾ ਪ੍ਰੀਤਮ ਦੇ ਨਾਲ ਪਹਿਲੀ ਮੁਲਾਕਾਤ ਕਦੋਂ ਹੋਈ? ਕਾਸ਼ ਉਹ ਕਿਵੇਂ ਦੀ ਮੁਲਾਕਾਤ। ਕਾਸ਼ ਉਹ ਮੁਲਾਕਾਤ ਪਰ ਅਸਰ ਮੌਨ ਸਿੰਘ ਜਿਉਂਦਿਆਂ ਹੁੰਦੀ ਨਹੀਂ ਹੋ ਸਕੇ ਮੈਂ ਅਮਰਤਾ ਨੂੰ ਮਿਲਣ ਗਈ 1978 ਚ ਉੱਥੇ ਫਿਲਮ ਫੇਅਰ ਲੱਗਾ ਹੋਇਆ ਸੀ ਮੇਰਾ ਦੋਸਤ ਸੀਕ ਜਿਹੜਾ ਕਿ ਮੈਨੂੰ ਜੀ ਕੋਈ ਕੋਈ ਵੀ ਲੱਗਦੀ ਸੀ ਕਿਤੇ ਵੀ ਐਗਜ਼ੀਬਿਸ਼ਨ ਬੁਕਸ ਦੀ ਉੱਥੇ ਜਾਣਾ ਚਾਹੇ ਕੋਲਕੱਤੇ ਲੱਗੀ ਐ ਜਾਂ ਕਿਤੇ ਕਿਤੇ ਹੀ ਲੱਗੀ ਐ ਦੇਸ਼ ਦੇ ਕਿਸੇ ਕੋਨੇ 'ਚ ਲੱਗੀ ਐ ਠੀਕ ਐ ਕਿਤੇ ਫਿਲਮ ਫੇਅਰ ਲੱਗਿਆ ਹੋਇਆ ਫਿਲਮ ਫੈਸਟੀਵਲ ਆ ਉਹਨੂੰ ਲੈ ਕੇ ਜਾਣਾ ਹੈ ਕਿ ਦੇਖ ਲੋਕ ਕੀ ਕਰਦੇ ਨੇ ਇਹ ਕਿਦਾਂ ਕਿਦਾਂ ਵਿਚਰਦੇ ਨੇ ਆਪਣੀਆਂ ਹਿੰਦੀ ਪੰਜਾਬੀ ਫਿਲਮਾਂ ਦੇਖਣ ਵਾਸਤੇ ਨਹੀਂ ਉਹ ਮੈਨੂੰ ਕਈ ਵਾਰੀ ਤਾਂ ਮੈਨੂੰ ਸਮਝ ਵੀ ਨਹੀਂ ਸਿਉਂਦਾ ਹੁੰਦਾ ਪਹਿਲਾਂ ਪਹਿਲਾਂ ਨਹੀਂ ਸਮਝ ਆਉਂਦਾ ਸੀ ਉਹ ਮੇਰਾ ਖਿਆਲ ਹਰ ਇੱਕ ਨਾਲ ਹੀ ਹੁੰਦਾ ਬਿਲਕੁਲ ਹਰ ਇੱਕ ਨਾਲ ਹੁੰਦਾ ਹੋਏਗਾ ਜਦੋਂ ਮੈਂ ਕੋਈ ਫਿਲਮ ਦੇਖਣ ਜਾਂਦੀ ਸੀ ਤੇ ਮੈਂ ਉਹਨੂੰ ਕਿਹਾ ਮੈਂ ਕਿਹਾ ਵੀ ਮੈਨੂੰ ਤਾਂ ਸਮਝ ਨਹੀਂ ਆਈ ਸਿਰਫ ਮੈਨੂੰ ਕਹਿੰਦਾ ਵੀ ਤੈਨੂੰ ਪਤਾ ਲੱਗਿਆ ਵੀ ਉਹਦੇ ਚ ਹੈ ਕੀ ਸੀ ਹਾਂ ਇਹ ਪਤਾ ਲੱਗਾ ਅੱਛਾ ਕੱਲ ਨੂੰ ਫਿਰ ਆਪਾਂ ਇਹ ਫਿਲਮ ਦੇਖਣ ਜਾਵਾਂਗੇ ਐਨੇ ਸੋ ਮੈਨੂੰ ਉਹਨੇ ਕਿਹਾ ਵੀ ਤੂੰ ਮੈਂ ਉਹਨੂੰ ਕਿਹਾ ਮੇਰਾ ਜੀ ਕੀਤਾ ਵੀ ਦਿੱਲੀ ਆਈ ਹੈ ਤੇ ਅਮਰਤਾ ਨੂੰ ਮਿਲ ਕੇ ਆਵਾਂ ਮੈਂ ਸੋ ਮੈਂ ਅਮਰਤਾ ਨੂੰ ਟੈਲੀਫੋਨ ਕੀਤਾ ਅਮਰਤਾ ਨੇ ਕਿਹਾ ਵੀ ਕੱਲ ਨੂੰ ਤੂੰ ਮੈਨੂੰ ਦੁਬਾਰੋਂ ਬਾਅਦ ਮਿਲਣਾ ਜਾਂ ਮੈਂ ਮਿਲਣ ਗਈ ਔਰឧបਿੰਦਰ ਅਮਰਤਾ ਦਾ ਘਰ ਜਿਹੜਾ ਅਜ ਨਹੀਂ ਰਹਾ ਕਿਉਂਕਿ ਹਾਸਕਾਸ ਦੇ ਵਿੱਚ ਸੀ ਹਾਸਕਾਸ ਕਿ ਬੱਚੀ ਹਾਸਕਾਸ ਮੈਂ ਕਿਵੇਂ ਮਿਲਣ ਜਾ ਰਹੀ ਹਾਂ ਕਿਸ ਤਰ੍ਹਾਂ ਜਾ ਰਹੀ ਹਾਂ ਆਟੋ ਚ ਕਿਵੇਂ ਜਾ ਰਹੀ ਹਾਂ ਕਿਵੇਂ ਭੱਜ ਰਹੀ ਹਾਂ ਕਿਵੇਂ ਕਿਵੇਂ ਮੇਰੇ ਵਲ ਵਲੇ ਦੌੜ ਰਹੇ ਨੇ ਮੈਂ ਅਮਰਤਾ ਨੂੰ ਮਿਲਣ ਜਾਣਾ ਉਸ ਅਮਰਤਾ ਨੂੰ ਮਿਲਣ ਜਾਣਾ ਜਿਹੜਾ ਜਿਹਨੂੰ ਅਮੋਨ ਸਿੰਘ ਕਹਿੰਦਾ ਸੀ ਆਈ ਅਮਰਤਾ ਜੀ ਅਮਰਤਾ ਜੀ ਅਮਰਤਾ ਜੀ ਮਨ ਜਿਹੜੀ ਇੱਕ ਇੰਨੀ ਵੱਡੀ ਇੱਕ ਤਸਵੀਰ ਸੀ ਜਿਹਦੀ ਉਹਨਾਂ ਦੀ ਨਜ਼ਰ ਦੇ ਵਿੱਚ ਮੇਰੀ ਨਜ਼ਰ ਚ ਮੇਰੇ ਲਈ ਅਮਰਤਾ ਮੁਹੱਬਤ ਦਾ ਮੁਜਸਮਾ ਸੀ ਆਹ ਵਾਹ ਮੈਂ ਉਸ ਅਮਰਤਾ ਦੇ ਵੱਲ ਜਾ ਰਹੀ ਸੀ ਮੇਰਾ ਜੀ ਕਰਦਾ ਸੀ ਸਫਰ ਇਹ 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 ਖਤਮ ਹੋ ਜਾਏ ਕਿੰਨੀ ਕੁ ਦੂਰ ਹੋਏ ਦਿੱਲੀ ਕਿੰਨੀ ਕੁ ਦੂਰ ਹੈ ਕਿੰਨੀ ਕੁ ਤੋਂ ਮੈਂ ਜਾ ਰਹੀ ਹਾਂ ਕਨਾਟ ਪਲੇਸ ਤੋਂ ਖਾਸ ਖਾਸ ਕਿੰਨੀ ਕੁ ਦੂਰ ਹੈ ਪਰ ਮੈਨੂੰ ਉਹ ਦੂਰ ਲੱਗ ਰਿਹਾ ਸੀ ਵੀ ਜਿਵੇਂ ਮੈਂ ਕਿਸੇ ਦੂਜੇ ਦੇਸ਼ 'ਚ ਜਾ ਰਹੀ ਤੋਂ ਉਹਦੇ ਘਰ ਇਮ ਰੋਜ਼ ਅਮਰਤਾ ਦੀ ਸ਼ਾਇਰੀ ਔਰ ਕਿਆ ਅਮਰਤਾ ਦਾ ਦਰਵਾਜ਼ਾ ਕੁਝ ਕੁ ਨਜ਼ਮਾਂ ਮੈਂ ਸਿਗਰਟ ਤੋਂ ਰਾਖ ਵਾਂਗ ਝਾੜੀਆਂ ਉਹਦੇ ਦਰਵਾਜ਼ੇ ਦੇ ਉੱਤੇ ਲਿਖਿਆ ਆ ਸ਼ੇਅਰ ਲਿਖੇ ਹੋਏ ਨੇ ਸਾਇਰ ਦੇ ਕਿਸੇ ਦੇ ਲੈਂਪ ਸ਼ੇਡ ਦੇ ਉੱਤੇ ਮਤਲਬ ਉਹ ਘਰ ਨਹੀਂ ਸੀ ਮੈਨੂੰ ਲੱਗਦਾ ਸੀ ਵੀ ਇੱਕ ਉਹ ਸ਼ਾਇਰੀ ਦਾ ਲਿਟਰੇਚਰ ਦਾ ਮੂਜਸਮਾ ਸੀ ਕਿ ਕਿਸੇ ਕਿਸੇ ਮੈਂ ਕਿਸੇ ਇੱਕ ਇੱਕ ਆਰਟ ਦੇ ਕਿਸੇ ਆਰਟ ਕੇਵ ਚ ਆ ਗਈ ਹਾਂ ਮੈਂ ਉਹ ਇਸ ਤਰ੍ਹਾਂ ਦਾ ਬਿਊਟੀਫੁੱਲ ਤੇ ਅਮਰਤਾ ਨੂੰ ਜਿਸਲੇ ਮਿਲੀ ਆ ਉਹਦਾ ਮਿਲਣਾ ਉਹਦਾ ਉਹਦਾ ਲਹਿਜਾ ਉਹ ਆਪ ਤੁਸੀਂ ਸੱਚ ਜਾਣਿਓ ਕਿ ਮੈਂ ਤਾਂ ਉਹਦੇ ਅੱਗੇ ਐ ਐ ਐ ਹੋ ਗਈ ਸੀ ਕਿ ਵੀ ਮੈਂ ਤਾਂ ਕੁਝ ਵੀ ਨਹੀਂ ਆਰ ਇੱਚ ਕੋ ਸ਼ੱਕ ਨਹੀਂ ਹੈ ਜੇ ਉਹ ਅਮਰਤਾ ਦਾ ਕਦ ਹੈ ਲਿਟਰੇਚਰ ਚ ਬਾਕੀ ਸਾਰੇ ਗੱਲਾਂ ਪਿੱਛੇ ਛੱਡ ਦਿਓ ਅਲੂਜਨ ਸੀ ਕਿਸੇ ਦਾ ਜਾਂ ਕਿਸੇ ਦਾ ਨਹੀਂ ਸੀ ਜਿਸ ਅਮਰਤਾ ਨੂੰ ਜਿਸ ਅਮਰਤਾ ਨੇ ਨਾਗਮਣੀ ਦੇ ਵਿੱਚ ਮੈਨੂੰ ਇੱਕ ਸ਼ਿੱਦਤ ਨਾਲ ਛਾਪਿਆ ਮੇਰੇ ਪਹਿਲੇ ਚੇਤਰ ਨਾਲ ਮੇਰੀ 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 ਆਜ਼ਾਦ ਧਰਤੀ ਤੇ ਮੇਰੀ ਹੋਂਦ ਨੂੰ ਲੈ ਕੇ ਜਾਂ ਮੇਰੇ ਮੇਰੇ ਪੀੜੇ ਵਰਕਿਆਂ ਨੂੰ ਖੋਲਦਿਆਂ ਹੋਇਆਂ ਉੱਥੇ ਜਦੋਂ ਚਾਹ ਪੀ ਰਹੇ ਹਾਂ ਤੇ ਮੈਨੂੰ ਉਹਨਾਂ ਨੇ ਕਿਹਾ ਕਿ ਸੁਣਾ ਫਿਰ ਅਮਰਤਾ ਮੋਮਨਜੀਤਿੰਦਰਾ ਮੋਹਨ ਸਿੰਘ ਦੀ ਮੌਤ ਕਿਵੇਂ ਮਹਿਸੂਸ ਕੀਤੀ ਸੀ ਤੂੰ ਤੇ ਮੇਰਾ ਉਹ ਪੀਸੀ ਮੈਨੂੰ ਮੋਹਨ ਸਿੰਘ ਮੈਨੂੰ ਕਿਉਂ ਲੱਗਿਆ ਜਿਵੇਂ ਮੋਹਨ ਸਿੰਘ ਵਾਂਗੂ ਮੈਨੂੰ ਕਿਸੇ ਨੇ ਪੁੱਤਰ ਨਹੀਂ ਆਖਣਾ ਇੱਕ ਸਨੇਹੀ ਜਿਹੇ ਹੱਥ ਮੇਰੇ ਸਿਰ ਤੋਂ ਉੱਟ ਗਿਆ ਉਹਨੇ ਜਿਵੇਂ ਹੱਥ ਮਾਰੀ ਸੀ ਇੱਕ ਸ਼ੱਕ ਜਿਹਾ ਕੰਨਾਂ 'ਚ ਅਜੀਬ ਤਰ੍ਹਾਂ ਦਾ ਹੋ ਰਿਹਾ ਸੀ ਜੀਤੀ ਵੇਖੇ ਨਾ ਮੈਂ ਕੀ ਪਈ ਸੁਣਦੀ ਆ ਵੇਖੇ ਕੀ ਪਈ ਜਾਂਦੀ ਏ ਇਮਰੋਜ਼ ਇਮਰੋਜ਼ ਨੂੰ ਉਹ ਜੀਤੀ ਕਹਿੰਦੀ ਸੀ ਬੜੇ ਨਾਵਾਂ ਨਾਲ ਬੁਲਾਉਂਦੀ ਸੀ ਪਰ ਜੀਤੀ ਕਹਿੰਦੀ ਸੀ ਇਮਰੋਜ਼ ਅਮਰਤਾਨੂ ਬੜੇ ਨਾਵਾਂ ਨਾ ਬੁਲਾਉਂਦਾ ਸੀ ਖੈਰ ਮੁਹੱਬਤ ਹੈ ਹੋਣੀ ਚਾਹੀਦੀ ਹੈ ਬਿਲਕੁਲ ਉਹ ਚਾਹ ਲੈ ਕੇ ਜਿਸਲੇ ਆਇਆ ਤੇ ਕਹਿੰਦਾ ਸ਼ਾਇਰਾ ਜਿਹੜੇ ਵੀ ਲੇਖਕ ਸ਼ਾਇਰ ਅਕਸਰ ਆਇਆ ਕਰਦੇ ਸੀ ਪੰਜਾਬ ਤੋਂ ਦੱਸਿਆ ਕਰਦੇ ਸੀ ਕਿ ਮੋਹਨ ਸਿੰਘ ਛੋਟੀ ਜੀ ਕੁੜੀ ਇੰਦਰਾ ਨੂੰ ਇਸ਼ਕ ਕਰਦਾ ਹੈ ਨਾਲੇ ਪੁੱਤਰ ਦਾ ਤੇਰਾ ਨਾਂ ਸੀ ਮੋਹਨ ਸਿੰਘ ਦਾ ਰੱਖਿਆ ਹੋਇਆ ਸੋ ਕੀ ਕਿਤੇ ਨਾ ਕਿਤੇ ਉਸ ਰਿਸ਼ਤੇ ਨੂੰ ਮੈਂ ਮਤਲਬ ਉਹਦੇ ਤੇ ਦਾਗ ਲਾਉਣ ਦੀ ਕੋਸ਼ਿਸ਼ ਕੀਤੀ ਗਈ ਕਿਉਂਕਿ ਅਮਰਤਾ ਤੇ ইমরੋਜ਼ ਦੀ ਜੇ ਮੈਂ ਗੱਲ ਕਰਾਂ ਤੇ ਅਮਰਤਾ ਤੇ ইমরੋਜ਼ ਦਾ ਵਾਕਿਆ ਹੀ ਮਤਲਬ ਆਪਾਂ ਇਹ ਕਹਿ ਸਕਦੇ ਹਾਂ ਮੈਨੂੰ ਇਹ ਕਹਿਣ 'ਚ ਕੋਈ ਗੁਰੇਜ਼ ਨਹੀਂ ਕਿ ਕਿਤੇ ਨਾ ਕਿਤੇ ਇੱਕ ਕਨਵਿੰਸਡ ਸ਼ਾਇਦ ਸੀ ਜਾਂ ਆਪਣੇ ਆਪ ਨੂੰ ਕਰਨਾ ਚਾਹੁੰਦੇ ਸੀ ਕਿ ਮਨਜੀਤ ਇੰਦਰਾ ਨਾਮ ਦੀ ਇੱਕ ਜਿਹੜੀ ਕੁੜੀ ਇੱਕ ਯੰਗ ਇੱਕ ਸੋਹਣੀ ਕੁੜੀ ਹੈ ਪ੍ਰੋਫੈਸਰ ਮੋਹਨ ਸਿੰਘ ਦੇ ਕੋਲ ਜਾਂਦੀ ਆ ਤੇ ਉਹਨਾਂ ਦਾ ਰਿਸ਼ਤਾ ਕੀ ਹੈ ਔਰ ਇਹ ਗੱਲ ਉਹਨਾਂ ਨੇ ਤੁਹਾਡੇ ਸਾਹਮਣੇ ਇਕਲੀਅਰ ਵੀ ਕਰ ਦਿੱਤੀ ਬੜੇ ਬੜੇ ਮਤਲਬ ਮਰੇ ਇੱਕ ਮੈਂ ਇਹ ਸਾਫ ਕਹੂੰਗਾ ਕਿ ਸਪਸ਼ਟ ਸ਼ਬਦਾਂ ਦੇ ਵਿੱਚ ਤੁਹਾਨੂੰ ਕਿਹਾ ਗਿਆ ਕਿ ਪੁੱਤਰ ਤਾਂ ਤੇਰਾ ਸਿਰਫ ਨਾ ਰੱਖਿਆ ਸੀ ਕੀ ਫੀਅਰਿੰਗ ਸੀ ਉਹਦੋਂ ਮੇਰੇ ਲਈ ਮੈਂ ਮਰ ਗਈ ਸੀ ਮੈਂ ਉਹਨੂੰ ਕਿਹਾ ਮਰਤਾ ਮੁਹੱਬਤ ਉਹ ਤੈਨੂੰ ਕਰਦਾ ਸੀ ਉਹ ਫਿਰ ਗਰਜੀ ਆਈ ਹੇਟ ਹੀ ਵਾਸ ਹੀ ਪੋਏਟ ਹੀ ਵਾਸ ਨਾਟ ਅ ਕਰਾਫਟਸਮੈਨ ਈਵਨ oh what do you think of him ਮੇਗਾ ਵੈਲ ਆਇਲ ਰਾਈਟ ਨਾਉ ਜਦੋਂ ਮੈਂ ਆਉਣ ਲੱਗੀ ਤੇ ਮੈਨੂੰ ਕਹਿਣ ਲੱਗੇ ਕਿ ਜਿਹੜੀ ਕਿਤਾਬ ਲਿਖੇਂਗੀ ਨਾ ਮੌਨ ਸਿੰਘ ਬਾਰੇ ਉਹਦਾ ਨਾਂ ਰੱਖੀ ਮੌਨ ਸਿੰਘ ਦੇ ਤਾਰਿਆਂ ਦਾ ਛੱਜ ਸੋ ਇਹ ਕਿਤਾਬ ਦਾ ਨਾਂ ਤੁਸੀਂ ਉਹੀ ਰੱਖਿਆ ਉਹੀ ਰੱਖਿਆ ਸੋ ਪਰ ਪਰ ਮੈਂ ਇੱਕ 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 ਸਵਾਲ ਮੇਰਾ ਉਹ ਅਮਰਤਾ ਪ੍ਰੀਤਮ ਜਿਹੜੀ ਮਨਜੀਤ ਇੰਦਰਾ ਦੇ ਬਾਰੇ ਇੱਕ ਵਧੀਆ ਲਿਖ ਰਹੀ ਹੈ ਉਹ ਅਮਰਤਾ ਪ੍ਰੀਤਮ ਜਿਹੜੀ ਉਹਨੂੰ ਮਿਲਣ ਦੇ ਵਾਸਤੇ ਵੀ ਹਾਮੀ ਭਰਦੀ ਆ ਔਰ ਬੜੇ ਚਾਹ ਨਾਲ ਉਹ ਕਹਿੰਦੀ ਬਿਲਕੁਲ ਮੇਰੇ ਘਰ ਆ ਜੀ ਆਇਆਂ ਨੂੰ ਫਿਰ ਉਹੀ ਅਮਰਤਾ ਪ੍ਰੀਤਮ ਉਹਦੇ ਖਿਲਾਫ ਕਿਉਂ ਹੁੰਦੀ ਹੈ ਜਾਂ ਕੁਝ ਨਾ ਕੁਝ ਇਹੋ ਜਿਹਾ ਊਲ ਜਲੂਲ ਕਿਉਂ ਲਿਖਦੀ ਹੈ ਕੀ ਕਿਤੇ ਨਾ ਕਿਤੇ ਮੈਂ ਇਹਨੂੰ ਇਹ ਮੰਨ ਸਕਦਾ ਵੀ ਕਿਉਂਕਿ ਜੋ ਪ੍ਰੋਫੈਸਰ ਸਾਹਿਬ ਨਾਲ ਹੋਇਆ ਜਾਂ ਉਹਨੇ ਕੀਤਾ ਨਹੀਂ ਦੇਖੋ ਗੱਲ ਹੁੰਦੀ ਹੈ ਇਹ ਇਹ ਵੀ ਹੋ ਸਕਦਾ ਹੈ ਕਿ ਅਲਿਊਜ਼ਨ ਸੀਗਾ ਰਾਈਟ ਪਰ ਅੱਜ ਮੈਂ ਉਹਪਿੰਦਰ ਨਾਲ ਗੱਲਾਂ ਕਰ ਰਹੀ ਹਾਂ ਹਮ ਕੱਲ ਨੂੰ ਕਿਸੇ ਤਰੀਕੇ ਨਾਲ ਉਹਪਿੰਦਰ ਮੈਨੂੰ ਚੰਗਾ ਨਹੀਂ ਲੱਗਦਾ ਮੇਰੀ ਬੋਲਚਾਲ ਬੰਦ ਹੋ ਜਾਂਦੀ ਹੈ ਕਿ ਇਹ ਸਫਾ ਫਟ ਜਾਊਗਾ ਨਹੀਂ ਲਿਖਤਾਂ ਨਹੀਂ ਫੇਰੀ ਜਾ ਸਕਦੀ ਬਿਲਕੁਲ ਨਹੀਂ ਅਮਰਤਾ ਮੋਹਨ ਸਿੰਘ ਤਾਂ ਛੋਟੀ ਸੀ ਮੋਹਨ ਸਿੰਘ ਸਥਾਪਤ ਹੋ ਚੁੱਕਾ ਸੀ ਇਹਦੇ ਵਿੱਚ ਕੋਈ ਡਰ ਨਹੀਂ ਹੈ ਮੈਂ ਮੋਹਨ ਸਿੰਘ ਕੋਲੋਂ ਆਪਣੀ ਕਵਤਾ ਕਹਿੰਦੀ ਸੀ ਉਹ ਕਹਿੰਦੇ ਹੁੰਦਾ ਸੀ ਵੀ ਠੀਕ ਨਹੀਂ ਕੀ ਅਸੀਂ ਮੁਹੱਬਤ ਨੂੰ ਕਿਤੇ ਨਾ ਕਿਤੇ ਅੱਜ ਦੇ ਦੌਰ ਦੇ ਵਿੱਚ ਜੀ ਹਾਂ ਇੱਕ 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 ਸੈਕਸ ਰਿਲੇਸ਼ਨ ਨਾਲ ਜੋੜ ਕੇ ਦੇਖਦੇ ਹਾਂ ਅਸੀਂ ਸਿਰਫ ਜੀ ਮੁਹੱਬਤ ਇਨੀ ਸੀਮਾ ਕਿਉਂਕਿ ਜਦੋਂ ਅਸੀਂ ਇਹ ਕਹਿੰਦੇ ਆ ਵੀ ਮੈਂ ਤੈਨੂੰ ਪਿਆਰ ਕਰਦਾ ਜਾਂ ਮੈਂ ਤੈਨੂੰ ਪਿਆਰ ਕਰਦੀ ਆ ਉਹਨਾਂ ਲੋਕਾਂ 'ਚ ਡੇਰ ਨਹੀਂਗਾ ਕਿ ਉਹ ਕਹਿਣਗੇ ਆ ਕੇ ਉਹ ਇਹ ਕਹਿਣ ਕਿ ਆਈ ਵਾਂਟ ਟੂ ਹੈਵ ਇੰਟੀਮੇਟ ਰਿਲੇਸ਼ਨਸ਼ਿਪ ਵਿਦ ਯੂ ਉਹਨਾਂ ਦਾ ਆਈ ਲਵ ਯੂ ਆਈ ਲਵ ਯੂ ਦਾ ਮਤਲਬ ਇਹੀ ਹੁੰਦਾ ਹੈ ਉੱਥੇ ਖਤਮ ਹੋ ਜਾਂਦਾ ਉੱਥੇ ਹੀ ਖਤਮ ਹੁੰਦਾ ਹੈ ਇਹ ਉਬਾਲ ਹੈ ਉਬਾਲ ਆਇਆ ਖਤਮ ਹੋਇਆ ਮੁਹੱਬਤ ਹੁੰਦੀ ਹੈ ਜਿਉਂਦੀ ਹੈ ਯਵੇਂ ਮਾਸੋਂ ਗਿੰਦੇ ਦੇ ਹੋਟਲ ਦੇ ਬਿੱਲ 'ਚ ਚੋਰੀ ਖਵਾ ਕੇ ਮੱਝੀਆਂ ਚਰੌਣੀ ਕਿੱਧਰ ਜਾ ਰਹੀ ਹੈ ਚੜਦੀ ਜਵਾਨੀ ਕਿੱਧਰ ਜਾ ਰਹੀ ਹੈ ਰੋਕੋ ਵੇ ਰੋਕੋ ਮੇਰੇ ਰਹਿਨੁਮਾਓ ਇੱਕ ਖਸਮਾ ਨੂੰ ਖਾਣੀ ਕਿੱਧਰ ਜਾ ਰਹੀ ਹੈ ਹੁਣ ਮੈਂ ਗੱਲ ਕਰਦੀ ਫਿਰ ਮੋਨ ਸਿੰਘ ਦੀ ਕਿ ਮੋਨ ਸਿੰਘ ਇਸ਼ਕ ਕਰਦਾ ਸੀ ਧੁਰੰਦਰ ਤੱਕ ਉਹਦਾ ਆਪਣਾ ਇਸ਼ਕ ਇਸ਼ਟ ਸੀਗਾ ਕਿਸੇ ਨੇ ਉਹਨੂੰ ਨਹੀਂ ਕਬੂਲ ਕੀਤਾ ਤੇ ਉਹਦਾ ਤਾਂ ਹੀ ਠੀਕ ਸੀਗਾ ਪਰ ਕੀ ਉਹ ਜਿਹੜਾ ਉਹ ਕਿਸੇ ਨੇ ਕਬੂਲ ਨਹੀਂ ਕੀਤਾ ਕੀ ਉਸ ਤੋਂ ਬਾਅਦ ਪ੍ਰੋਫੈਸਰ ਸਾਹਿਬ ਟੁੱਟ ਵੀ ਗਏ ਸੀ ਕਿਉਂਕਿ ਇੱਕ 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 ਵੇਲਾ ਆਉਂਦਾ ਜਦੋਂ ਉਹ ਚਲੀ ਜਾਂਦੀ ਆ ਤੁਸੀਂ ਪ੍ਰੋਫੈਸਰ ਸਾਹਿਬ ਨੂੰ ਮਿਲਣ ਜਾਂਦੇ ਹੋ ਨਹੀਂ ਉਹ ਜਾਂਦੀ ਨਹੀਂ ਐ ਸਾਲ 1976 ਚ ਹੂੰ ਜਦੋਂ ਨਾਗਮਣੀ ਛਪੀ ਐ ਠੀਕ ਆ ਹਾਂ ਰਸੀਦੀ ਟਿਕਟ ਛਪੀ ਐ ਰਸੀਦੀ ਟਿਕਟ ਹਾਂ ਮੈਂ ਜ਼ਿਕਰ ਕੀਤਾ ਤਾਰਿਆਂ ਦੇ ਸੱਚ ਜੀ 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 ਬਿਲਕੁਲ ਰਸੀਦੀ ਟਿਕਟ ਛਪੀ ਜਦੋਂ ਤੇ ਮੈਂ ਗਈਆਂ ਤੇ ਮੈਨੂੰ ਮੈਂ ਤੁਹਾਨੂੰ ਇੱਥੇ ਵੀ ਇਹ ਵੀ ਦੱਸਦੇ ਆ ਕਿ ਉਹ ਸੋਫਿਸਟੀਕੇਟਿਡ ਜੀ ਸਾਰੀ ਸੀਗੀ ਹੁਣ ਜੇ ਕਹੀਏ ਵੀ ਸਾਡੇ ਲੋਕ ਤਾਂ ਅਸੀਂ ਤਾਂ ਦਰਵਾਜ਼ਾ ਠੋਕ ਕੁੰਡਾ ਠਾ ਠਾ ਖੜਕਾਈਏ ਜਬਰੂ ਹਾਕ ਮਾਰੀਏ ਬਲਜੀਤ ਸਿੰਘਾਂ ਕੁੰਡਾ ਖੋਲ ਉਹਨਾਂ ਦੇ ਘਰ ਦੀ ਬੈਲ ਬੜੀ ਮਤਲਬ ਜਦ ਘੁੰਮਰ ਆਉਂਗੇ ਛਣਕਦੀ ਹੁੰਦੀ ਸੀ ਤੇ ਮੈਂ ਮੈਂ ਬਾਰ-ਬਾਰ ਬੈਲੂ ਚ ਆਉਂਦੀ ਹੁੰਦੀ ਸੀ ਤੇ ਜੇ ਕਦੀ ਉਹ ਆ ਵੀ ਗਏ ਨਾ ਮੈਂ ਫੇਰ ਬੈਲ ਬਜਾਈ ਉਹ ਭਾਈ ਮੈਂ ਆ ਗਿਆ ਵਾਂ ਦਰਵਾਜ਼ਾ ਖੋਲ ਦਿੱਤਾ ਵੇ ਬੈਲ ਤੁਹਾਡੇ ਵੀ ਘਰ ਦੀ ਬੜੀ ਇੰਟਰਸਟਿੰਗ ਹੈ ਵਜਣਾ ਚਾਹਵੇ ਕਿਤੇ ਦੇਖ ਲਓ ਮੈਨੂੰ ਲੱਗਦਾ ਮੈਂ ਸਾਰਿਆਂ ਨੂੰ ਦੱਸੂਗਾ ਮੈਂ ਐਡਰੈਸ ਦੇਵਾਂਗਾ ਜਾ ਕੇ ਉਹ ਜਾ ਕੇ ਭੱਜ ਜਿਓ ਪਰ ਸੁਣ ਕੇ ਭੱਜਿਓ ਕੀ ਕਹਿੰਦੀ ਹੈ ਮੈਂ ਜ਼ਰੂਰੀ ਹੈ ਅੱਛਾ ਕੈਂਟੀਆਂ ਵੱਜਦੀਆਂ ਰਹਿਣ ਵਧੀਆ ਰਹਿੰਦੀਆਂ ਨੇ ਪਿਆਰ ਦੇ ਵਿੱਚ ਵੀ ਸੋ ਮੈਂ ਜਦੋਂ ਗਈ ਆ ਤੇ ਉਹਨਾਂ ਦੇ ਘਰ ਚ ਉਦਾਸੀ ਜਿੰਦਾਂ ਜੀ ਮੈਂ ਜਾਣਦੀ ਸੀ ਤੇ ਘੁੰਗਰੂ ਘੁੰਗਰੂ ਆਮ ਕੱਲੀ ਕੱਲੀ ਚੀਜ਼ ਨੱਚਦੀ ਸੀ ਉਸ ਘਰ ਦੀ ਮੇਰੀ ਹੋਂਦ ਇਸ ਤਰ੍ਹਾਂ ਦੀ ਉਸ ਘਰ ਚ ਰਹੀ ਹੈ ਤੋ ਮੈਂ ਗਈ ਤੇ ਪ੍ਰੈਸਰ ਮੋਹਨ ਸਿੰਘ ਇੰਜ ਹੱਥ ਕੀਤੇ ਹੋਏ ਨੀਵੀਂ ਪਈ ਹੋਈ ਇੱਧਰ ਹੀ ਆ ਜਾਓ ਕੀ ਹੋ ਗਿਆ ਉਹ ਵਾਈਫ ਉਹਨਾਂ ਦੀ ਲੰਮੀ ਪਈ ਐ ਬੈੱਡ ਦੀਵਾਨ ਦੇ ਉੱਤੇ ਛੋਟਾ ਜਿਹਾ ਕਮਰਾ ਐ ਉੱਚ ਸਿਰਫ ਇੱਕ ਦੀਵਾਨ ਲੱਗ ਸਕਦਾ ਸੀ ਇੱਕ ਕੁਰਸੀ ਪਈ ਸੀ ਕੋਨੇ 'ਚ ਛੋਟਾ ਜਿਹਾ ਟੇਬਲ ਪਿਆ ਸੀ ਇਤੋਂ ਵੱਧ ਕੁਝ ਆ ਹੀ ਨਹੀਂ ਸਕਦਾ ਸੀ ਮੈਂ ਜਾ ਕੇ ਉੱਤੇ ਬਹਿ ਗਈਆਂ ਤੇ ਪ੍ਰੈਸਰ ਮੋਹਨ ਸਿੰਘ ਸਾਰੇ ਤਿੰਨੇ ਜਣੇ ਚੁੱਪਾਂ ਸੀ ਮਾਕੇ ਸ਼ਾਇਦ ਇਹਨਾਂ ਦੀ ਔਲਾਦ ਵੱਲੋਂ ਕੋਈ ਗੱਲ ਹੋ ਗਈ ਕੁੜੀਆਂ ਵੱਲੋਂ ਦੁਖੀ ਹੋਗਾ ਮੁੰਡੇ ਵੱਲੋਂ ਦੁਖੀ ਹੋਗਾ ਤੇ ਮੰਮਾ ਜਿਹੜੀ ਉਹਨਾਂ ਦੀ ਵਾਈਫ ਨੂੰ ਮੰਮੀ ਕਹਿੰਦੀ ਸੀ ਉਹ ਇੱਕਦਮ ਬੋਲੇ ਇਹ ਪੜੀ ਏ ਮੈਂ ਕਿਹਾ ਕੀ ਇਹ ਰਸੀਦੀ ਟਿਕਟ ਮੈਂ ਕਹਿੰਦੇ ਨਹੀਂ ਮੈਂ ਤਾਂ ਹੁਣੇ ਵੇਖ ਰਹੀ ਹਾਂ ਮਰਗਾ ਹੀ ਨਹੀਂ ਪ੍ਰੋਫੈਸਰ ਹੋ ਲਈ ਰੋਂਦੇ ਸਾਰੀ ਉਮਰ ਵੇਖੋ ਸਰਾਨ ਨੇ ਕੀ ਲਿਖਿਆ ਈ ਮੇਰੇ ਲਈ ਇਹ ਇੱਕ ਬੜਾ ਕਹਿੰਦੇ ਪ੍ਰਸ ਰਮਨ ਸਿੰਘ ਲਿਟਰਲੀ ਰੋ ਰਿਹਾ ਹੈ ਪ੍ਰਸ ਰਮਨ ਸਿੰਘ ਕਿ ਜਿਸ ਬੂਟੇ ਨੂੰ ਮੈਂ ਜਿਗਰ ਦੇ ਖੂਨ ਨਾਲ ਸਿੰਜਦਾ ਰਿਹਾ ਮਰਤਾ ਰਹੇ ਤਰੂ ਕੇ 부ਗਾ ਕੇ ਬਾਰ ਬਾਰ ਉਹ ਆਹ ਉਹ 78 ਚੁਦਿਆਥ ਹੋ ਗਈ ਤਾਂ ਕਿਤੇ ਨਾ ਕਿਤੇ ਸ਼ਾਇਦ ਇਹ ਕਹਿ ਸਕਦੇ ਆ ਕਿ ਉਹ ਜਿਹੜਾ ਅੰਦਰੋਂ ਜਿਹੜਾ ਦਿਲ ਸੀ ਜਾਂ ਰੂਹ ਸੀ ਉਹਦੇ ਤੇ ਉਹ ਚੀਜ਼ ਜਿਹੜੀ ਆ ਉਹ ਹਾਵੀ ਹੋਈ ਹੋ ਸਾਈ ਉਹ ਉਹਨਾਂ ਦੇ ਪਟਾ ਬੜੇ ਰਹੇ ਨੇ interrupted disturbed not interrupted